ਮੇਰੇ ਪਿਆਰੇ ਦੇਸ਼ਵਾਸੀਓ ਆਜ਼ਾਦੀ ਦਾ ਅਮਰਿਤ ਮਹੋਤਸਵ 75ਵੇਂ ਸੁਤੰਤਰਤਾ ਦਿਵਸ ਤੇ ਆਪ ਸਭ ਨੂੰ ਅਤੇ ਸੰਸਾਰ ਭਰ ਵਿੱਚ ਭਾਰਤ ਨੂੰ ਪਿਆਰ ਕਰਨ ਵਾਲੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਅੱਜ ਆਜ਼ਾਦੀ ਦੇ ਅਮਰਿਤ ਮਹੋਤਸਵ ਦੇ ਇਸ ਪਵਿੱਤਰ ਪર્ਵ ਤੇ ਦੇਸ਼ ਆਪਣੇ ਸਾਰੇ ਸੁਤੰਤਰਤਾ ਸੈਨਾਨੀਆਂ ਨੂੰ ਰਾਸ਼ਟਰ ਰੱਖਿਆ ਵਿੱਚ ਆਪਣੇ ਆਪ ਨੂੰ ਦਿਨ ਰਾਤ ਖਪਾਉਣ ਵਾਲੇ ਆਹੂਤੀ ਦੇਣ ਵਾਲੇ ਵੀਰ-ਵੀਰਾਂਗਣਾਂ ਨੂੰ ਅੱਜ ਦੇਸ਼ ਨਮਨ ਕਰ ਰਿਹਾ ਹੈ ਆਜ਼ਾਦੀ ਨੂੰ ਜਨ ਅੰਦੋਲਨ ਬਣਾਉਣ ਵਾਲੇ ਪੂਜਨੀਕ ਬਾਪੂ ਹੋਣ ਜਾਂ ਆਜ਼ਾਦੀ ਦੇ ਲਈ ਆਪਣਾ ਸਭ ਕੁਝ ਵਾਰਨ ਵਾਲੇ ਨੇਤਾ ਨੇਤਾ ਜੀ ਸੁਭਾਸ਼ ਚੰਦਰ ਬੋਸ ਭਗਤ ਸਿੰਘ ਚੰਦਰ ਸ਼ੇਖਰ ਆਜ਼ਾਦ ਬਿਸਮਲ ਅਤੇ ਅਸ਼ਫਾਕ ਉੱਲਾਹ ਖਾਨ ਵਰਗੇ ਕ੍ਰਾਂਤੀਵੀਰ ਹੋਣ ਚਾਂਸੀ ਦੀ ਰਾਣੀ ਲక్ష్ਮੀਬਾਈ ਹੋਵੇ ਚਿਤੌਰ ਦੀ ਰਾਣੀ ਚੰਨਮਾ ਹੋਵੇ ਜਾਂ ਰਾਣੀ ਗਾਇਦਨ ਲਿਊ ਹੋਵੇ ਜਾਂ ਅਸਾਮ ਵਿੱਚ ਮਤੰਗਨੀ ਹਾਜਰਾ ਦੀ ਬਹਾਦਰੀ ਹੋਵੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਹੋਣ ਦੇਸ਼ ਨੂੰ ਇੱਕਜੁੱਟ ਰਾਸ਼ਟਰ ਵਿੱਚ ਬਦਲਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਹੋਣ ਭਾਰਤ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਵਾਲੇ ਰਸਤਾ ਤੈਅ ਕਰਵਾਉਣ ਵਾਲੇ ਬਾਬਾ ਸਾਹਿਬ ਅੰਬੇਦਕਰ ਸਮੇਤ ਦੇਸ਼ ਹਰ ਵਿਅਕਤੀ ਨੂੰ ਹਰ ਸ਼ਖਸੀਅਤ ਨੂੰ ਅੱਜ ਯਾਦ ਕਰ ਰਿਹਾ ਹੈ ਦੇਸ਼ ਇਹਨਾਂ ਸਭ ਮਹਾਪੁਰਖਾਂ ਦਾ ਕਰਜ਼ਦਾਰ ਹੈ ਭਾਰਤ ਬਹੁ ਰਤਨੀ वसुंधरा ਹੈ ਅੱਜ ਭਾਰਤ ਦੇ ਹਰ ਕੋਨੇ ਵਿੱਚ ਹਰ ਕਾਲਖੰਡ ਵਿੱਚ ਅਣਗਿਣਤ ਲੋਕਾਂ ਨੇ ਜਿਨ੍ਹਾਂ ਦੇ ਨਾਂ ਵੀ ਸ਼ਾਇਦ ਇਤਿਹਾਸ ਦੀ ਤਵਾਰੀਖ ਵਿੱਚ ਨਹੀਂ ਹੋਣਗੇ ਅਜਿਹੇ ਅਣਗਿਣਤ ਲੋਕਾਂ ਨੇ ਇਸ ਰਾਸ਼ਟਰ ਨੂੰ ਬਣਾਇਆ ਵੀ ਹੈ ਅੱਗੇ ਵਧਾਇਆ ਵੀ ਹੈ ਮੈਂ ਅਜਿਹੇ ਹਰ ਸ਼ਖਸੀਅਤ ਦਾ ਸਵਾਗਤ ਕਰਦਾ ਹਾਂ ਉਹਨਾਂ ਦਾ ਅਭਿਨੰਦਨ ਕਰਦਾ ਹਾਂ ਭਾਰਤ ਨੇ ਸਦੀਆਂ ਤੱਕ ਮਾਤਰਭੂਮੀ ਦੀ ਸੱਭਿਆਚਾਰ ਅਤੇ ਆਜ਼ਾਦੀ ਲਈ ਸੰਘਰਸ਼ ਕੀਤਾ ਹੈ ਗੁਲਾਮੀ ਦੀ ਕਸਕ ਆਜ਼ਾਦੀ ਦੀ ਲਾਲਸਾ ਇਸ ਦੇਸ਼ ਨੇ ਸਦੀਆਂ ਤੱਕ ਕਦੇ ਨਹੀਂ ਛੱਡੀ ਜਿੱਤ ਹਾਰ ਆਉਂਦੀਆਂ ਰਹੀਆਂ ਪਰ ਮਨ ਮੰਦਰ ਵਿੱਚ ਵਸੀ ਹੋਈ ਆਜ਼ਾਦੀ ਦੀ ਇੱਛਾ ਕੋਈ ਕਦੇ ਖਤਮ ਹੋਣ ਨਹੀਂ ਦਿੱਤੀ ਅੱਜ ਇਹਨਾਂ ਸਾਰੇ ਸੰਘਰਸ਼ਾਂ ਪਰਵਾਨਿਆਂ ਸਦੀਆਂ ਦੇ ਸੰਘਰਸ਼ ਦੇ ਪਰਵਾਨਿਆਂ ਉਹਨਾਂ ਸਭ ਨੂੰ ਵੀ ਪ੍ਰਣਾਮ ਕਰਨ ਦਾ ਵੇਲਾ ਹੈ ਅਤੇ ਉਹ ਪ੍ਰਣਾਮ ਦੇ ਹੱਕਦਾਰ ਵੀ ਨੇ ਕੋਰੋਨਾ ਵਿਸ਼ਵ ਮਹਾਮਾਰੀ ਇਸ ਮਹਾਮਾਰੀ ਵਿੱਚ ਸਾਡੇ ਡਾਕਟਰ ਸਾਡੀਆਂ ਨਰਸਾਂ ਸਾਡੇ ਪੈਰਾਮੈਡੀਕਲ ਸਟਾਫ ਸਾਡੇ ਸਫਾਈ ਕਰਮੀ ਵੈਕਸੀਨ ਬਣਾਉਣ ਵਿੱਚ ਜੁਟੇ ਸਾਡੇ ਵਿਗਿਆਨੀ ਹੋਣ ਸੇਵਾ ਭਾਵਨਾ ਨਾਲ ਜੁੜੇ ਕਰੋੜਾਂ ਦੇਸ਼ ਵਾਸੀ ਹੋਣ ਜਿਨ੍ਹਾਂ ਨੇ ਕਰੋਨਾ ਦੇ ਇਸ ਕਾਲ ਖੰਡ ਵਿੱਚ ਪਲ ਪਲ ਜਾਨ ਸੇਵਾ ਵਿੱਚ ਸਮਰਪਿਤ ਕੀਤਾ ਹੈ ਉਹ ਵੀ ਸਾਡੇ ਸਭ ਦੇ ਸਜਦੇ ਦੇ ਹੱਕਦਾਰ ਹਨ ਅੱਜ ਵੀ ਦੇਸ਼ ਦੇ ਕੁਝ ਖੇਤਰਾਂ ਵਿੱਚ ਹੜ੍ਹਾਂ ਨੇ ਟਿੱਗਾਂ ਡਿੱਗੀਆਂ ਕਈ ਦੁਖਦਾਈ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ ਕਈ ਖੇਤਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਅਜਿਹੇ ਸਮੇਂ ਵਿੱਚ ਕੇਂਦਰ ਸਰਕਾਰ ਹੋਵੇ ਸੂਬਾ ਸਰਕਾਰਾਂ ਹੋਣ ਸਭ ਉਹਨਾਂ ਦੇ ਨਾਲ ਮੁਸਤੈਦੀ ਨਾਲ ਖੜੀਆਂ ਹੋਈਆਂ ਅੱਜ ਇਸ ਆਯੋਜਨ ਵਿੱਚ 올림픽 ਵਿੱਚ ਭਾਰਤ ਨੇ ਭਾਰਤ ਦੀ ਨੌਜਵਾਨ ਪੀੜ੍ਹੀ ਜਿਸ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ ਅਜਿਹੇ ਸਾਡੇ ਐਥਲੀਟ ਸਾਡੇ ਖਿਡਾਰੀ ਅੱਜ ਸਾਡੇ ਵਿਚਕਾਰ ਹਨ ਕੁਝ ਇੱਥੇ ਹਨ ਕੁਝ ਸਾਹਮਣੇ ਬੈਠੇ ਹਨ ਮੈਂ ਅੱਜ ਦੇਸ਼ ਵਾਸੀਆਂ ਨੂੰ ਜੋ ਇੱਥੇ ਮੌਜੂਦ ਨੇ ਉਹਨਾਂ ਨੂੰ ਵੀ ਅਤੇ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਜੋ ਇਸ ਸਮਾਰੋਹ ਵਿੱਚ ਮੌਜੂਦ ਹਨ ਉਹਨਾਂ ਸਭ ਨੂੰ ਮੈਂ ਕਹਿੰਦਾ ਹਾਂ ਕਿ ਸਾਡੇ ਖਿਡਾਰੀਆਂ ਦੇ ਸਨਮਾਨ ਵਿੱਚ ਆਓ ਕੁਝ ਪਲ ਤਾੜੀਆਂ ਵਜਾ ਕੇ ਉਹਨਾਂ ਦਾ ਸਨਮਾਨ ਕਰੀਏ ਭਾਰਤ ਦੇ ਖੇਡਾਂ ਦਾ ਸਨਮਾਨ ਭਾਰਤ ਦੀ ਨੌਜਵਾਨ ਪੀੜੀ ਦਾ ਸਨਮਾਨ ਭਾਰਤ ਨੂੰ ਮਾਣ ਦਿਵਾਉਣ ਵਾਲੇ ਨੌਜਵਾਨਾਂ ਦਾ ਸਨਮਾਨ ਦੇਸ਼ ਕਰੋੜਾਂ ਦੇਸ਼ ਵਾਸੀ ਅੱਜ ਤਾੜੀਆਂ ਦੀ ਗੜਗੜਾਹਟ ਨਾਲ ਸਾਡੇ ਇਹਨਾਂ ਨੌਜਵਾਨਾਂ ਦਾ ਦੇਸ਼ ਦੀ ਨੌਜਵਾਨ ਪੀੜੀ ਤੇ ਮਾਣ ਕਰ ਰਹੇ ਨੇ ਸਨਮਾਨ ਕਰ ਰਹੇ ਨੇ ਥਲੀਟਾ ਨੇ ਖਾਸ ਤੌਰ ਤੇ ਅਸੀਂ ਇਹ ਮਾਨ ਕਰ ਸਕਦੇ ਹਾਂ ਕਿ ਉਹਨਾਂ ਨੇ ਸਾਡਾ ਦਿਲ ਹੀ ਨਹੀਂ ਜਿੱਤਿਆ ਸਗੋਂ ਉਹਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ। ਮੇਰੇ ਪਿਆਰੇ ਦੇਸ਼ਵਾਸੀਓ ਆਪਾਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ ਪਰ ਵਟਵਾਰੇ ਦਾ ਦਰਦ ਅੱਜ ਵੀ ਹਿੰਦੁਸਤਾਨ ਦੇ ਸੀਨੇ ਨੂੰ ਚੀਰਦਾ ਹੈ ਇਹ ਪਿਛਲੀ ਸਦੀ ਦੀ ਸਭ ਤੋਂ ਵੱਡੀ ਤਰਾਸ ਦੀ ਵਿੱਚੋਂ ਇੱਕ ਹੈ ਆਜ਼ਾਦੀ ਤੋਂ ਬਾਅਦ ਇਹਨਾਂ ਲੋਕਾਂ ਨੂੰ ਬਹੁਤ ਹੀ ਛੇਤੀ ਭੁਲਾ ਦਿੱਤਾ ਗਿਆ ਕੱਲ ਹੀ ਭਾਰਤ ਨੇ ਇੱਕ ਭਾਵੁਕ ਫੈਸਲਾ ਲਿਆ ਹੈ ਹੁਣ ਤੋਂ ਹਰ ਬਰੇ 14 ਅਗਸਤ ਨੂੰ ਵਿਭਾਜਨ ਵਿਭੇਸ਼ਿਕਾ ਯਾਦਗਾਰ ਦਿਵਸ ਦੇ ਰੂਪ ਵਿੱਚ ਯਾਦ ਕੀਤਾ ਜਾਏਗਾ ਜੋ ਲੋਕ ਵੰਡ ਦੇ ਸਮੇਂ ਆਣ ਮਨੋਖੀ ਹਾਲਾਤ ਵਿੱਚੋਂ ਗੁਜ਼ਰੇ ਜਿਨ੍ਹਾਂ ਨੇ ਅਤਿਆਚਾਰ ਸਹੇ ਜਿਨ੍ਹਾਂ ਨੂੰ ਸਨਮਾਨ ਦੇ ਨਾਲ ਅੰਤਮ ਸੰਸਕਾਰ ਤੱਕ ਨਸੀਬ ਨਹੀਂ ਹੋਇਆ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਦਾ ਸਾਡੀਆਂ ਯਾਦਾਂ ਵਿੱਚ ਜ਼ਿੰਦਾ ਰਹਿਣਾ ਵੀ ਉਹਨਾਂ ਹੀ ਜ਼ਰੂਰੀ ਹੈ। ਆਜ਼ਾਦੀ ਦੇ 75ਵੇਂ ਸੁਤੰਤਰਤਾ ਦਿਵਸ ਤੇ ਵਿਪਾਜਨ ਵਿਭੇਸ਼ਿਕਾ ਯਾਦਗਾਰ ਦਿਵਸ ਦਾ ਤੈਅ ਹੋਣਾ ਅਜਿਹੇ ਲੋਕਾਂ ਨੂੰ ਹਰ ਭਾਰਤ ਵਾਸੀ ਵੱਲੋਂ ਆਦਰਪੂਰਵਕ ਸ਼ਰਧਾਂਜਲੀ ਹੈ। ਮੇਰੇ ਪਿਆਰੇ ਦੇਸ਼ਵਾਸੀਓ ਤਰੱਕੀ ਦੇ ਰਾਹ ਉੱਪਰ ਵਧਣਾ ਹੈ ਸਾਡੇ ਦੇਸ਼ ਦੇ ਸਾਹਮਣੇ ਅਤੇ ਵਿਸ਼ਵ ਵਿੱਚ ਪੂਰੀ ਮਾਨਵਜਾਤ ਦੇ ਸਾਹਮਣੇ ਕਰੋਨਾ ਦਾ ਇਹ ਸਮਾਂ ਬਹੁਤ ਵੱਡੀ ਚੁਣੌਤੀ ਦੇ ਰੂਪ ਵਿੱਚ ਆਇਆ ਹੈ ਭਾਰਤ ਵਾਸੀਆਂ ਨੇ ਬਹੁਤ ਸੰਜਮ ਬਹੁਤ ਧੀਰਜ ਦੇ ਨਾਲ ਇਸ ਲੜਾਈ ਨੂੰ ਲੜਿਆ ਵੀ ਹੈ ਇਸ ਲੜਾਈ ਵਿੱਚ ਸਾਡੇ ਸਾਹਮਣੇ ਅਨੇਕ ਚੁਣੌਤੀਆਂ ਸਨ ਪਰ ਹਰ ਖੇਤਰ ਵਿੱਚ ਆਪਾਂ ਦੇਸ਼ ਵਾਸੀਆਂ ਨੇ ਗੈਰ ਮਾਮੂਲੀ ਗਤੀ ਨਾਲ ਕੰਮ ਕੀਤਾ ਹੈ ਸਾਡੇ ਵਿਗਿਆਨੀਆਂ ਨੇ ਸਾਡੇ ਉਦਮੀਆਂ ਦੀ ਤਾਕਤ ਦਾ ਨਤੀਜਾ ਹੈ ਕਿ ਭਾਰਤ ਨੂੰ ਵੈਕਸੀਨ ਦੇ ਲਈ ਅੱਜ ਕਿਸੇ ਹੋਰ ਤੇ ਕਿਸੇ ਹੋਰ ਦੇਸ਼ ਤੇ ਸਾਨੂੰ ਨਿਰਪਰ ਨਹੀਂ ਹੋਣਾ ਪਿਆ ਤੁਸੀਂ ਇਹ ਸੋਚ ਕੇ ਵੇਖੋ ਇੱਕ ਵਾਰ ਜ਼ਰੂਰ ਸੋਚੋ ਜੇਕਰ ਭਾਰਤ ਦੇ ਕੋਲ ਆਪਣੀ ਵੈਕਸੀਨ ਨਾ ਹੁੰਦੀ ਤਾਂ ਕੀ ਹੁੰਦਾ ਪੋਲੀਓ ਦੀ ਵੈਕਸੀਨ ਪ੍ਰਾਪਤ ਕਰਨ ਵਿੱਚ ਸਾਡੇ ਕਿੰਨੇ ਸਾਲ ਲੰਘ ਗਏ ਸੀ ਇੰਨੇ ਵੱਡੇ ਸੰਕਟ ਵਿੱਚ ਜਦ ਪੂਰੀ ਦੁਨੀਆ ਵਿੱਚ ਮਹਾਮਾਰੀ ਹੋਵੇ ਤਦ ਸਾਨੂੰ ਵੈਕਸੀਨ ਕਿਵੇਂ ਮਿਲਦੀ ਪਰ ਭਾਰਤ ਨੂੰ ਸ਼ਾਇਦ ਮਿਲਦੀ ਵੀ ਜਾਂ ਨਾ ਮਿਲਦੀ ਅਤੇ ਕਦੋਂ ਮਿਲਦੀ ਪਰ ਅੱਜ ਮਾਣ ਨਾਲ ਕਹਿ ਸਕਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਸਾਡੇ ਦੇਸ਼ ਵਿੱਚ ਚੱਲ ਰਿਹਾ ਹੈ 54 ਕਰੋੜ ਲੋਕ 54 ਕਰੋੜ ਤੋਂ ਵੱਧ ਲੋਕ ਵੈਕਸੀਨ ਡੋਜ਼ ਲਗਵਾ ਚੁੱਕੇ ਨੇ ਕੋਵਿਨ ਵਰਗੀ ஆன்लाइन ਵਿਵਸਥਾ ਡਿਜੀਟਲ ਸਰਟੀਫਿਕੇਟ ਦੇਣ ਦੀ ਵਿਵਸਥਾ ਅੱਜ ਦੁਨੀਆ ਨੂੰ ਆਕਰਸ਼ਿਤ ਕਰ ਰਹੀ ਹੈ ਮਹਾਮਾਰੀ ਦੇ ਸਮੇਂ ਭਾਰਤ ਜਿਸ ਤਰ੍ਹਾਂ ਨਾਲ 80 ਕਰੋੜ ਦੇਸ਼ ਵਾਸੀਆਂ ਨੂੰ ਮਹੀਨਿਆਂ ਤੱਕ ਲਗਾਤਾਰ ਮੁਫਤ ਅਨਾਜ ਦੇ ਕੇ ਗਰੀਬਾਂ ਦੇ ਘਰ ਦੇ ਚੁੱਲ੍ਹੇ ਨੂੰ ਬਲਦੇ ਰੱਖਿਆ ਹੈ ਇਹ ਵੀ ਦੁਨੀਆ ਦੇ ਲਈ ਹੈਰਾਨੀ ਜਨਕ ਵੀ ਹੈ ਅਤੇ ਚਰਚਾ ਦਾ ਵਿਸ਼ਾ ਵੀ ਇਹ ਗੱਲ ਸਹੀ ਹੈ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਘੱਟ ਲੋਕ ਸੰਕਰਮਿਤ ਹੋਏ ਇਹ ਵੀ ਸਹੀ ਹੈ ਕਿ ਦੁਨੀਆਂ ਦੇ ਦੇਸ਼ਾਂ ਦੀ ਜਨਸੰਖਿਆ ਦੇ ਮੁਕਾਬਲੇ ਭਾਰਤ ਵਿੱਚ ਅਸੀਂ ਵੱਧ ਗਿਣਤੀ ਵਿੱਚ ਸਾਡੇ ਨਾਗਰਿਕਾਂ ਨੂੰ ਬਚਾ ਸਕੇ ਪਰ ਇਹ ਸਾਡੇ ਲਈ ਖੁਸ਼ ਹੋਣ ਦਾ ਵਿਸ਼ਾ ਨਹੀਂ ਹੈ ਸੰਤੁਸ਼ਟ ਹੋ ਕੇ ਸੌ ਜਾਣ ਦਾ ਵਿਸ਼ਾ ਨਹੀਂ ਹੈ ਇਹ ਕਹਿਣਾ ਕਿ ਕੋਈ ਚੁਣੌਤੀ ਨਹੀਂ ਸੀ ਇਹ ਸਾਡੇ ਆਪਣੇ ਵਿਕਾਸ ਦੇ ਅੱਗੇ ਦੇ ਰਸਤਿਆਂ ਨੂੰ ਬੰਦ ਕਰਨ ਵਾਲੀ ਸੋਚ ਬਣ ਜਾਏਗਾ ਦੁਨੀਆ ਦੇ ਖੁਸ਼ਹਾਲ ਦੇਸ਼ਾਂ ਦੇ ਮੁਕਾਬਲੇ ਸਾਡੀਆਂ ਵਿਵਸਥਾਵਾਂ ਘੱਟ ਹਨ ਵਿਸ਼ਵ ਦੇ ਖੁਸ਼ਹਾਲ ਦੇਸ਼ਾਂ ਕੋਲ ਜੋ ਹੈ ਉਹ ਸਾਡੇ ਕੋਲ ਨਹੀਂ ਹੈ ਾਰੇ ਨਾਲ ਸਾਰੇ ਉਪਰਾਲਿਆਂ ਦੇ باوجود ਵੀ ਸਾਡੀ ਜਨਸੰਖਿਆ ਵੀ ਬਹੁਤ ਹੈ ਵਿਸ਼ਵ ਦੇ ਮੁਕਾਬਲੇ ਬਹੁਤ ਜਨਸੰਖਿਆ ਹੈ ਅਤੇ ਸਾਡੀ ਜੀਵਨ ਸ਼ੈਲੀ ਵੀ ਕੁਝ ਅਲੱਗ ਤਰ੍ਹਾਂ ਦੀ ਹੈ ਸਾਰੇ ਯਤਨਾਂ ਦੇ ਬਾਅਦ ਵੀ ਕਿੰਨੇ ਹੀ ਲੋਕਾਂ ਨੂੰ ਅਸੀਂ ਬਚਾ ਨਹੀਂ ਸਕੇ ਕਿੰਨੇ ਹੀ ਬੱਚਿਆਂ ਦੇ ਸਿਰ ਤੇ ਕੋਈ ਹੱਥ ਰੱਖਣ ਵਾਲਾ ਤੁਰ ਗਿਆ ਹੈ ਉਸ ਨੂੰ ਦੁਲਾਰਨ ਵਾਲਾ ਉਸ ਦੀ ਜ਼ਿੱਦ ਪੂਰੀ ਕਰਨ ਵਾਲਾ ਚਲਿਆ ਗਿਆ ਇਹ ਅਸਹਿਣਯੋਗ ਦਰਦ ਇਹ ਤਕਲੀਫ ਹਮੇਸ਼ਾ ਨਾਲ ਰਹਿਣ ਵਾਲੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਹਰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਇੱਕ ਸਮਾਂ ਅਜੀਹਾ ਆਉਂਦਾ ਹੈ ਜਦੋਂ ਦੇਸ਼ ਖੁਦ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦਾ ਹੈ ਖੁਦ ਨੂੰ ਨਵੇਂ ਇਰਾਦਿਆਂ ਨਾਲ ਅੱਗੇ ਵਧਾਉਂਦਾ ਹੈ ਭਾਰਤ ਦੀ ਵਿਕਾਸ ਯਾਤਰਾ ਵਿੱਚ ਵੀ ਅੱਜ ਉਹ ਸਮਾਂ ਆ ਗਿਆ ਹੈ 75ਵੇਂ ਵਰੇ ਦੇ ਮੌਕੇ ਨੂੰ ਆਪਾਂ ਇੱਕ ਸਮਾਰੋਹ मात्र ही ਸੀਮਤ ਨਹੀਂ ਕਰਨਾ ਹੈ ਆਪਾਂ ਨਵੇਂ ਸੰਕਲਪਾਂ ਨੂੰ ਆਧਾਰ ਬਣਾਉਣਾ ਹੈ ਨਵੇਂ ਸੰਕਲਪਾਂ ਨੂੰ ਲੈ ਕੇ ਚੱਲ ਪੈਣਾ ਹੈ ਇਥੋਂ ਸ਼ੁਰੂ ਹੋ ਕੇ ਅਗਲੇ 25 ਵਰਿਆਂ ਦੀ ਯਾਤਰਾ ਜਦੋਂ ਆਪਾਂ ਆਜ਼ਾਦੀ ਦੀ ਸ਼ਤਾਬਦੀ ਮਨਾਵਾਂਗੇ ਨਵੇਂ ਭਾਰਤ ਦੀ ਸਿਰਜਣਾ ਦਾ ਇਹ ਅੰਮ੍ਰਿਤਕਾਲ ਹੈ ਇਹ ਅੰਮ੍ਰਿਤਕਾਲ ਵਿੱਚ ਸਾਡੇ ਸੰਕਲਪਾਂ ਦੀ ਸਿੱਧੀ ਸਾਨੂੰ ਆਜ਼ਾਦੀ ਦੇ 100 ਵਰੇ ਤੱਕ ਲੈ ਜਾਵੇਗੀ ਮਾਣ ਮੱਤੇ ਰੂਪ ਵਿੱਚ ਲੈ ਜਾਏਗੀ ਅੰਮ੍ਰਿਤਕਾਲ ਦਾ ਟੀਚਾ ਹੈ ਭਾਰਤ ਅਤੇ ਭਾਰਤ ਦੇ ਨਾਗਰਿਕਾਂ ਦੇ ਲਈ ਖੁਸ਼ਹਾਲੀ ਦੇ ਨਵੇਂ ਸ਼ਿਖਰਾਂ ਨੂੰ ਸੋਣਾ ਅੰਮ੍ਰਿਤਕਾਲ ਦਾ ਟੀਚਾ ਹੈ ਇੱਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਸੁਵਿਧਾਵਾਂ ਦਾ ਪੱਦਰ ਪਿੰਡ ਅਤੇ ਸ਼ਹਿਰ ਨੂੰ ਵੰਡਣ ਵਾਲਾ ਨਾ ਹੋਵੇ ਅੰਮ੍ਰਿਤ ਕਾਲ ਦਾ ਟੀਚਾ ਹੈ ਇੱਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਨਾਗਰਿਕਾਂ ਦੇ ਜੀਵਨ ਵਿੱਚ ਸਰਕਾਰ ਬਿਨਾ ਵਜਾ ਦਖਲ ਨਾ ਦੇਵੇ ਅੰਮ੍ਰਿਤ ਕਾਲ ਦਾ ਟੀਚਾ ਹੈ ਇੱਕ ਅਜਿਹੇ ਭਾਰਤ ਦਾ ਨਿਰਮਾਣ ਜਿੱਥੇ ਦੁਨੀਆ ਦਾ ਹਰੇਕ ਆਧੁਨਿਕ ਇਨਫਰਾਸਟ੍ਰਕਚਰ ਹੋਵੇ ਅਸੀਂ ਕਿਸੇ ਤੋਂ ਵੀ ਘਟਨਾ ਹੋਈਏ। ਇਹੀ ਕਰੋੜਾਂ ਕਰੋੜ ਦੇਸ਼ਵਾਸੀਆਂ ਦਾ ਸੰਕਲਪ ਹੈ। ਪਰ ਸੰਕਲਪ ਤਦ ਤੱਕ ਅਧੂਰਾ ਹੁੰਦਾ ਹੈ ਜਦੋਂ ਤੱਕ ਸੰਕਲਪ ਦੇ ਨਾਲ ਮਿਹਨਤ ਅਤੇ ਲਗਨ ਦੀ ਮਿਹਨਤ ਅਤੇ ਹਿੰਮਤ ਦਾ ਸਿਖਰ ਨਾ ਹੋਵੇ ਇਸ ਲਈ ਸਾਨੂੰ ਸਾਡੇ ਸਾਰੇ ਸੰਕਲਪਾਂ ਨੂੰ ਮਿਹਨਤ ਅਤੇ ਹਿੰਮਤ ਦੀ ਸਿਖਰ ਕਰਕੇ ਸਿੱਧ ਕਰਕੇ ਹੀ ਰਹਿਣਾ ਹੈ ਅਤੇ ਇਹ ਸੁਪਨੇ ਇਹ ਸੰਕਲਪ ਆਪਣੀਆਂ ਹੱਦਾਂ ਦੇ ਪਾਰ ਸੁਰੱਖਿਅਤ ਅਤੇ ਖੁਸ਼ਹਾਲ ਸੰਸਾਰ ਦੇ ਲਈ ਪ੍ਰਭਾਵਸ਼ਾਲੀ ਯੋਗਦਾਨ ਦੇ ਲਈ ਹਨ ਅਮ੍ਰਿਤਕਾਲ 25 ਵਰਿਆਂ ਦਾ ਹੈ ਪਰ ਆਪਾਂ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਐਨੀ ਲੰਬੀ ਉਡੀਕ ਵੀ ਨਹੀਂ ਕਰਨੀ ਹੈ ਆਪਾਂ ਹੁਣੇ ਤੋਂ ਝਟ ਜਾਣਾ ਹੈ ਸਾਡੇ ਕੋਲ ਗਵਾਉਣ ਲਈ ਇੱਕ ਪਲਵੀ ਨਹੀਂ ਹੈ ਇਹੀ ਸਮਾਂ ਹੈ ਸਹੀ ਸਮਾਂ ਹੈ ਸਾਡੇ ਦੇਸ਼ ਨੂੰ ਵੀ ਬਦਲਣਾ ਹੋਵੇਗਾ ਅਤੇ ਸਾਨੂੰ ਇੱਕ ਨਾਗਰਿਕ ਦੇ ਨਾਤੇ ਆਪਣੇ ਆਪ ਨੂੰ ਵੀ ਬਦਲਣਾ ਪਵੇਗਾ ਬਦਲਦੇ ਹੋਏ ਯੁੱਗ ਦੇ ਅਨੁਸਾਰ ਸਾਨੂੰ ਵੀ ਆਪਣੇ ਆਪ ਨੂੰ ਢਾਲਣਾ ਹੋਵੇਗਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਇਸੇ ਸ਼ਰਧਾ ਦੇ ਨਾਲ ਆਪਾਂ ਸਭ ਜੁਟ ਚੁੱਕੇ ਹਾਂ ਪਰ ਅੱਜ ਲਾਲ ਕਿਲੇ ਦੀ ਫਸੀਲ ਤੋਂ ਸੱਦਾ ਦੇ ਰਿਹਾ ਹਾਂ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਤੇ ਹੁਣ ਸਭ ਦਾ ਪ੍ਰਯਾਸ ਸਾਡੇ ਹਰ ਟੀਚੇ ਦੀ ਪ੍ਰਾਪਤੀ ਦੇ ਲਈ ਬਹੁਤ ਮਹੱਤਵਪੂਰਨ ਹੈ ਬੀਤੇ 7 ਸਾਲਾਂ ਵਿੱਚ ਸ਼ੁਰੂ ਹੋਈਆਂ ਅਨੇਕ ਯੋਜਨਾਵਾਂ ਦਾ ਲਾਭ ਕਰੋੜਾਂ ਗਰੀਬ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਹੈ ਉਜਵਲਾ ਤੋਂ ਲੈ ਕੇ ਆਯੂਸ਼ਮਾਨ ਭਾਰਤ ਦੀ ਇਹ ਤਾਕਤ ਅੱਜ ਦੇਸ਼ ਦਾ ਹਰ ਗਰੀਬ ਜਾਣਦਾ ਹੈ ਅੱਜ ਸਰਕਾਰੀ ਯੋਜਨਾਵਾਂ ਦੀ ਰਫ਼ਤਾਰ ਵਧੀ ਹੈ ਉਹ ਮਿੱਥੇ ਟੀਕਿਆਂ ਨੂੰ ਪ੍ਰਾਪਤ ਕਰ ਰਹੀਆਂ ਨੇ ਪਹਿਲਾਂ ਦੇ ਮੁਕਾਬਲੇ ਅਸੀਂ ਬਹੁਤ ਤੇਜ਼ੀ ਨਾਲ ਬਹੁਤ ਅੱਗੇ ਵਧੀਏ ਪਰ ਸਿਰਫ ਗੱਲ ਇੱਥੇ ਖਤਮ ਨਹੀਂ ਹੁੰਦੀ ਹੁਣ ਆਪਾਂ ਸੈਚੂਰੇਸ਼ਨ ਤੱਕ ਜਾਣਾ ਹੈ ਪੂਰਨਤਾ ਤੱਕ ਜਾਣਾ ਹੈ 100% ਪਿੰਡਾਂ ਵਿੱਚ ਸੜਕਾਂ ਹੋਣ 100% ਪਰਿਵਾਰਾਂ ਦੇ ਬੈਂਕ ਖਾਤੇ ਹੋਣ 100% ਲਾਹੇ ਪਾਤਰੀਆਂ ਕੋਲ ਆਯੂਸ਼ਮਾਨ ਭਾਰਤ ਦਾ ਕਾਰਡ ਹੋਵੇ 100 ਫੀਸਦ ਯੋਗ ਵਿਅਕਤੀਆਂ ਕੋਲ ਉਜਵਲਾ ਯੋਜਨਾ ਅਤੇ ਗੈਸ ਦੇ ਕਨੈਕਸ਼ਨ ਹੋਵੇ ਸਰਕਾਰ ਦੀ ਬੀਮਾ ਯੋਜਨਾ ਹੋਵੇ ਪੈਨਸ਼ਨ ਯੋਜਨਾ ਹੋਵੇ ਆਵਾਸ ਯੋਜਨਾ ਨਾਲ ਸਾਨੂੰ ਹਰ ਉਸ ਵਿਅਕਤੀ ਨੂੰ ਜੋੜਨਾ ਹੈ ਜੋ ਉਸ ਦੇ ਹੱਕਦਾਰ ਨੇ 100 ਫੀਸਦ ਦਾ ਮੂਡ ਬਣਾ ਕੇ ਚੱਲਣਾ ਹੈ ਅੱਜ ਤੱਕ ਆਪਣੇ ਇੱਥੇ ਕਦੇ ਵੀ ਉਹਨਾਂ ਸਾਥੀਆਂ ਬਾਰੇ ਨਹੀਂ ਸੋਚਿਆ ਗਿਆ ਜੋ ਰੇੜੀ ਲਾਉਂਦੇ ਨੇ ਪਟੜੀ ਤੇ ਬੈਠ ਕੇ ਫੁੱਟਪਾਥ ਤੇ ਬੈਠ ਕੇ ਸਮਾਨ ਵੇਚਦੇ ਨੇ ਠੇਲਾ ਚਲਾਉਂਦੇ ਨੇ ਹੁਣ ਇਹਨਾਂ ਸਾਥੀਆਂ ਨੂੰ ਸਵੈ ਨਿਧੀ ਯੋਜਨਾ ਦੇ ਰਾਹੀ ਬੈਂਕਿੰਗ ਵਿਵਸਥਾ ਨਾਲ ਜੋੜਿਆ ਜਾ ਰਿਹਾ ਹੈ ਜਿਵੇਂ ਅਸੀਂ ਬਿਜਲੀ 100% ਪਿੰਡਾਂ ਤੱਕ ਪਹੁੰਚਾਈ ਹੈ ਜਿਵੇਂ ਅਸੀਂ 100% ਘਰਾਂ ਵਿੱਚ ਪਖਾਨਿਆਂ ਦੇ ਨਿਰਮਾਣ ਦਾ ਪ੍ਰਤੱਖ ਨਿਰਮਾਣ ਕੀਤਾ ਉਵੇਂ ਹੀ ਅਸੀਂ ਹੁਣ ਯੋਜਨਾਵਾਂ ਦੇ ਸੈਚੂਰੇਸ਼ਨ ਦਾ ਟੀਚਾ ਲੈ ਕੇ ਅੱਗੇ ਵਧਣਾ ਹੈ ਅਤੇ ਇਸ ਦੇ ਲਈ ਸਾਨੂੰ ਸਮਾਂ ਸੀਮਾ ਬਹੁਤੀ ਦੂਰ ਨਹੀਂ ਰੱਖਣੀ ਹੈ ਅਸੀਂ ਕੁਝ ਹੀ ਸਾਲਾਂ ਵਿੱਚ ਆਪਣੇ ਸੰਕਲਪਾਂ ਨੂੰ ਸਕਾਰ ਕਰਨਾ ਹੈ। ਦੇਸ਼ ਅੱਜ ਹਰ ਘਰ ਜਲ ਹਰ ਘਰ ਜਲ ਮਿਸ਼ਨ ਨੂੰ ਲੈ ਕੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਜਲ ਜੀਵਨ ਮਿਸ਼ਨ ਦੇ ਸਿਰਫ 2 ਸਾਲਾਂ ਵਿੱਚ 4.5 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਨਾਲ ਤੋਂ ਜਲ ਮਿਲਣਾ ਸ਼ੁਰੂ ਹੋ ਗਿਆ ਹੈ। ਪਾਈਪ ਤੋਂ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ ਕਰੋੜਾਂ ਮਾਤਾ-ਮਾਪਾਂ ਦਾ ਆਸ਼ੀਰਵਾਦ ਏਹੀ ਸਾਡੀ ਪੂੰਜੀ ਹੈ ਇਹ 100% ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਸਰਕਾਰੀ ਯੋਜਨਾ ਦਾ ਲਾਭ ਤੋਂ ਕੋਈ ਵਾਂਝਾ ਨਹੀਂ ਰਹਿੰਦਾ ਜਦੋਂ ਸਰਕਾਰ ਇਹ ਟੀਚਾ ਬਣਾ ਕੇ ਚੱਲਦੀ ਹੈ ਕਿ ਅਸੀਂ ਸਮਾਜ ਦੀ ਆਖਰੀ ਪੰਗਤ ਵਿੱਚ ਜੋ ਵਿਅਕਤੀ ਖੜਾ ਹੈ ਉਸ ਤੱਕ ਪਹੁੰਚਣਾ ਹੈ ਤਾਂ ਨਾ ਕੋਈ ਭੇਦਭਾਵ ਹੋ ਸਕਦਾ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਰਹਿੰਦੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਦੇਸ਼ ਦੇ ਹਰ ਗਰੀਬ ਹਰ ਵਿਅਕਤੀ ਤੱਕ ਪੋਸ਼ਣ ਪਹੁੰਚਾਉਣਾ ਵੀ ਸਰਕਾਰ ਦੀ ਪਹਿਲ ਹੈ ਗਰੀਬ ਮਹਿਲਾਵਾਂ ਗਰੀਬ ਬੱਚਿਆਂ ਵਿੱਚ ਕੂਪੋਸ਼ਨ ਅਤੇ ਜ਼ਰੂਰੀ ਪੋਸ਼ਟਿਕ ਪਦਾਰਥਾਂ ਦੀ ਘਾਟ ਉਹਨਾਂ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਬਣਦੀ ਹੈ। ਇਸ ਨੂੰ ਦੇਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ ਸਰਕਾਰ ਆਪਣੀਆਂ ਵੱਖੋ-ਵੱਖ ਯੋਜਨਾਵਾਂ ਦੇ ਤਹਿਤ ਜੋ ਚੌੜ ਗਰੀਬਾਂ ਨੂੰ ਦਿੰਦੀ ਹੈ ਉਸ ਨੂੰ 45 ਕਰੇਗੀ ਗਰੀਬਾਂ ਨੂੰ ਪੋਸ਼ਣ ਯੋਗ ਚੌਲ ਦੇਵੇਗੀ ਰਾਸ਼ਨ ਦੀ ਦੁਕਾਨ ਤੇ ਮਿਲਣ ਵਾਲਾ ਚੌਲ ਹੋਵੇ ਮਿਡਡੇ ਮੀਲ ਵਿੱਚ ਬੱਚਿਆਂ ਨੂੰ ਮਿਲਣ ਵਾਲਾ ਚੌਲ ਹੋਵੇ ਸਾਲ 2024 ਤੱਕ ਹਰ ਯੋਜਨਾ ਦੇ ذریعے ਮਿਲਣ ਵਾਲਾ ਚੋਲ 45 ਕਰ ਦਿੱਤਾ ਜਾਵੇਗਾ। ਨਾ ਔਸ਼ਧੀ ਯੋਜਨਾ ਰਾਹੀਂ ਗਰੀਬ ਨੂੰ, ਮੱਧ ਵਰਗ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਹੁਣ ਤੱਕ 75000 ਤੋਂ ਵੱਧ ਹੈਲਥ ਅਤੇ ਵੈਲਨੈਸ ਸੈਂਟਰ ਬਣਾਏ ਜਾ ਚੁੱਕੇ ਨੇ। ਹੁਣ ਬਲਾਕ ਪੱਧਰ ਤੇ ਚੰਗੇ ਹਸਪਤਾਲਾਂ ਅਤੇ ਆਧੁਨਿਕ ਲੈਬਸ ਦੇ ਨੈਟਵਰਕ ਤੇ ਖਾਸ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ। ਬਹੁਤ ਜਲਦ ਦੇਸ਼ ਦੇ ਹਜ਼ਾਰਾਂ ਹਸਪਤਾਲਾਂ ਕੋਲ ਆਪਣੇ ਆਕਸੀਜਨ ਪਲਾਂਟ ਵੀ ਹੋਣਗੇ। ਮੇਰੇ ਪਿਆਰੇ ਦੇਸ਼ ਵਾਸੀਓ 21ਵੀਂ ਸਦੀ ਵਿੱਚ ਭਾਰਤ ਨੂੰ ਨਵੀਂ ਉਚਾਈ ਤੇ ਪਹੁੰਚਾਉਣ ਲਈ ਪਾਰ ਦੀ ਸਮਰੱਥਾ ਦਾ ਸਹੀ ਇਸਤੇਮਾਲ ਪੂਰਾ ਇਸਤੇਮਾਲ ਇਹ ਸਮੇਂ ਦੀ ਮੰਗ ਹੈ ਬਹੁਤ ਜ਼ਰੂਰੀ ਹੈ ਇਸ ਦੇ ਲਈ ਜੋ ਵਰਗ ਪਿੱਛੇ ਹੈ ਜੋ ਖੇਤਰ ਪਿੱਛੇ ਹੈ ਉਹਨਾਂ ਦਾ ਹੱਥ ਫੜਨਾ ਹੀ ਹੋਵੇਗਾ ਮੁਢਲੀਆਂ ਜ਼ਰੂਰਤਾਂ ਦੀ ਚਿੰਤਾ ਦੇ ਨਾਲ ਹੀ ਦਲਿਤਾਂ ਪਿਛੜਿਆਂ ਆਦਿਵਾਸੀਆਂ ਸਧਾਰਨ ਵਰਗ ਦੇ ਗਰੀਬਾਂ ਦੇ ਲਈ ਰਾਖਵਾਕਰਨ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ 올 ਇੰਡੀਆ ਕੋਟੇ ਵਿੱਚ OBC ਵਰਗ ਦੇ ਰਾਖਵੇਂਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਸੰਸਦ ਵਿੱਚ ਕਾਨੂੰਨ ਬਣਾ ਕੇ ओबीसी ਨਾਲ ਸਬੰਧਤ ਸੂਚੀ ਬਣਾਉਣ ਦਾ ਹੱਕ ਸੂਬਿਆਂ ਨੂੰ ਦੇ ਦਿੱਤਾ ਗਿਆ ਹੈ। ਮੇਰੇ ਪਿਆਰੇ ਦੇਸ਼ਵਾਸੀਓ ਜਿਵੇਂ ਅਸੀਂ ਇਹ ਪੱਕਾ ਕਰ ਰਹੇ ਹਾਂ ਕਿ ਸਮਾਜ ਦੀ ਵਿਕਾਸ ਯਾਤਰਾ ਵਿੱਚ ਕੋਈ ਵਿਅਕਤੀ ਨਾ ਛੁੱਟੇ ਕੋਈ ਵਰਗ ਨਾ ਛੁੱਟੇ ਓਵੇਂ ਹੀ ਦੇਸ਼ ਦਾ ਕੋਈ ਭੂ-ਭਾਗ ਦੇਸ਼ ਦਾ ਕੋਈ ਕੋਨਾ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ। ਵਿਕਾਸ ਇੱਕ ਸਮਾਨ ਹੋਣਾ ਚਾਹੀਦਾ ਹੈ ਵਿਕਾਸ ਸਭ ਨੂੰ ਛੂਣ ਵਾਲਾ ਵਿਕਾਸ ਸੰਮਿਲਿਤ ਹੋਣਾ ਚਾਹੀਦਾ ਹੈ ਦੇਸ਼ ਦੇ ਅਜਿਹੇ ਖੇਤਰਾਂ ਨੂੰ ਅੱਗੇ ਲਿਆਉਣ ਲਈ ਪਿਛਲੇ 7 ਸਾਲਾਂ ਵਿੱਚ ਜੋ ਉਪਰਾਲੇ ਕੀਤੇ ਗਏ ਨੇ ਹੁਣ ਉਹਨਾਂ ਨੂੰ ਹੋਰ ਤੇਜ਼ੀ ਦੇਣ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ ਸਾਡਾ ਪੂਰਬੀ ਭਾਰਤ ਨਾਰਥ-ਈਸਟ ਜੰਮੂ ਕਸ਼ਮੀਰ ਲਦਾਖ ਸਮੇਤ ਪੂਰਾ ਹਿਮਾਲਿਆ ਦਾ ਖੇਤਰ ਹੋਵੇ ਸਾਡੀ ਤੱਟਵਰਤੀ 벨ਟ ਜਾਂ ਫਿਰ ਆਦੀਵਾਸੀ ਖੇਤਰ ਹੋਵੇ ਇਹ ਭਵੇਖ ਵਿੱਚ ਭਾਰਤ ਦੇ ਵਿਕਾਸ ਦਾ ਭਾਰਤ ਦੀ ਵਿਕਾਸ ਯਾਤਰਾ ਦਾ ਬਹੁਤ ਵੱਡਾ ਆਧਾਰ ਬਣਨ ਵਾਲੇ ਹਨ ਅੱਜ ਨਾਰਥ ਈਸਟ ਵਿੱਚ ਕਨੈਕਟੀਵਿਟੀ ਦਾ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਕਨੈਕਟੀਵਿਟੀ ਦਿਲਾਂ ਦੀ ਵੀ ਹੈ ਅਤੇ 인ਫਰਾਸਟ੍ਰਕਚਰ ਦੀ ਵੀ ਹੈ। ਬਹੁਤ ਛੇਤੀ ਨਾਰਥ-ਈਸਟ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਪੂਰਾ ਹੋਣ ਵਾਲਾ ਹੈ। ਐਕਟ ਈਸਟ ਪਾਲਿਸੀ ਦੇ ਤਹਿਤ ਅੱਜ ਨਾਰਥ-ਈਸਟ ਬੰਗਲਾਦੇਸ਼ ਮਿਆਂਮਾਰ ਅਤੇ ਦੱਖਣ ਪੂਰਬ ਏਸ਼ੀਆ ਨਾਲ ਵੀ ਕਨੈਕਟ ਹੋ ਰਿਹਾ ਹੈ ਬੀਤੇ ਵਰਿਆਂ ਵਿੱਚ ਜੋ ਉਪਰਾਲੇ ਹੋਏ ਹਨ ਉਹਨਾਂ ਦੀ ਵਜ੍ਹਾ ਕਰਕੇ ਹੁਣ ਨਾਰਥ-ਈਸਟ ਵਿੱਚ ਸਥਾਈ ਸ਼ਾਂਤੀ ਦੇ ਲਈ ਉੱਤਮ ਭਾਰਤ ਦੇ ਨਿਰਮਾਣ ਦੇ ਲਈ ਉਤਸ਼ਾਹ ਅਨੇਕ ਗੁਣਾ ਵਧਿਆ ਹੋਇਆ ਹੈ ਨਾਰਥ-ਈਸਟ ਵਿੱਚ ਸੈਰ ਸਪਾਟਾ ਐਡਵੈਂਚਰ ਸਪੋਰਟਸ ਆਰਗੈਨਿਕ ਖੇਤੀ ਹਰਬਲ ਮੈਡੀਸਨ ਆਇਲ ਪਾਮ ਇਸ ਦੀਆਂ ਸੰਭਾਵਨਾਵਾਂ ਬਹੁਤ ਨੇ ਆਪਾਂ ਪੂਰੀ ਤਰ੍ਹਾਂ ਇਹਨਾਂ ਸੰਭਾਵਨਾਵਾਂ ਨੂੰ ਨਿਖਾਰਨਾ ਹੈ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਾਉਣਾ ਹੈ ਅਤੇ ਆਪਾਂ ਏਕਮ ਅਮ੍ਰਿਤਕਾਲ ਦੇ ਕੁਝ ਦਹਾਕਿਆਂ ਵਿੱਚ ਹੀ ਪੂਰਾ ਕਰਨਾ ਹੈ। ਸਭ ਦੀ ਕਾਬਲੀਅਤ ਨੂੰ ਬਣਦਾ ਮੌਕਾ ਦੇਣਾ ਇਹੀ ਲੋਕਤੰਤਰ ਦੀ ਅਸਲੀ ਭਾਵਨਾ ਹੈ। ਜੰਮੂ ਹੋਵੇ ਜਾਂ ਕਸ਼ਮੀਰ ਵਿਕਾਸ ਦਾ ਸੰਤੁਲਨ ਹੁਣ ਜ਼ਮੀਨ ਤੇ ਦਿਖ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਵੀ ਡੀਲਿਮਿਟੇਸ਼ਨ ਕਮਿਸ਼ਨ ਦਾ ਗਠਨ ਹੋ ਚੁੱਕਿਆ ਹੈ। ਅਤੇ ਭਵਿਕ ਵਿੱਚ ਵਿਧਾਨ ਸਭਾ ਚੋਣਾਂ ਲਈ ਵੀ ਤਿਆਰੀਆਂ ਚੱਲ ਰਹੀਆਂ ਨੇ ਲਦਾਖ ਵੀ ਵਿਕਾਸ ਦੀਆਂ ਆਪਣੀਆਂ ਅਸੀਮ ਸੰਭਾਵਨਾਵਾਂ ਵੱਲ ਅੱਗੇ ਵੱਧ ਚੱਲਿਆ ਹੈ ਇੱਕ ਪਾਸੇ ਲਦਾਖ ਆਧੁਨਿਕ ਇਨਫਰਾਸਟ੍ਰਕਚਰ ਦਾ ਨਿਰਮਾਣ ਹੁੰਦੇ ਦੇਖ ਰਿਹਾ ਹੈ ਤਾਂ ਉਥੇ ਹੀ ਦੂਜੇ ਪਾਸੇ ਸਿੰਧੂ ਸੈਂਟਰਲ ਯੂਨੀਵਰਸਿਟੀ ਲਦਾਖ ਨੂੰ ਉੱਚ ਸਿੱਖਿਆ ਦਾ ਹਾਇਰ ਐਜੂਕੇਸ਼ਨ ਦਾ ਧੁਰਾ ਬਣਾ ਰਹੀ ਹੈ 21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਬਲੂ ਇਕਨੋਮੀ ਦੇ ਆਪਣੇ ਉਪਰਾਲਿਆਂ ਨੂੰ ਹੋਰ ਤੇਜ਼ੀ ਦੇਵੇਗਾ ਆਪਾਂ ਐਕਵਾ ਕਲਚਰ ਦੇ ਨਾਲੋਂ ਨਾਲ ਸੀ ਵੀਡ ਦੀ ਖੇਤੀ ਵਿੱਚ ਜੋ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਨੇ ਉਹਨਾਂ ਸੰਭਾਵਨਾਵਾਂ ਦਾ ਵੀ ਪੂਰਾ ਲਾਭ ਚੁੱਕਣਾ ਹੈ ਡੀਪ ਓਸ਼ਨ ਮਿਸ਼ਨ ਸਮੁੰਦਰ ਦੀਆਂ ਅਸੀਮ ਸੰਭਾਵਨਾਵਾਂ ਨੂੰ ਲੱਭਣ ਦੀ ਸਾਡੀ ਮਹੱਤਵਕਾਂਖਸ਼ਾ ਦਾ ਸਬੂਤ ਹੈ ਜੋ ਖਣਿਜ ਸੰਪਤੀ ਸਮੁੰਦਰ ਵਿੱਚ ਛੁਪੀ ਹੋਈ ਹੈ ਜੋ ਥਰਮਲ એનર્ਜੀ ਸਮੁੰਦਰ ਦੇ ਪਾਣੀ ਵਿੱਚ ਹੈ ਅਤੇ ਉਹ ਦੇਸ਼ ਦੇ ਵਿਕਾਸ ਨੂੰ ਨਮੀ ਬੁਲੰਦੀ ਦੇ ਸਕਦੀ ਹੈ ਦੇਸ਼ ਦੇ ਜਿੰਨਾ ਜ਼ਿਲ੍ਹਿਆਂ ਲਈ ਇਹ ਮੰਨਿਆ ਗਿਆ ਸੀ ਕਿ ਇਹ ਪਿੱਛੇ ਰਹਿ ਰਹੇ ਹਨ ਅਸੀਂ ਉਹਨਾਂ ਦੀਆਂ ਉਮੀਦਾਂ ਨੂੰ ਵੀ ਜਗਾਇਆ ਹੈ ਦੇਸ਼ ਵਿੱਚ 110 ਤੋਂ ਵੱਧ ਉਮੀਦਵਾਨ ਜ਼ਿਲ੍ਹੇ ਐਸਪੀਰੇਸ਼ਨਲ ਡਿਸਟ੍ਰਿਕਟਸ ਵਿੱਚ ਸਿੱਖਿਆ ਸਿਹਤ ਪੋਸ਼ਣ ਸੜਕ ਰੋਜ਼ਗਾਰ ਨਾਲ ਜੁੜੀਆਂ ਯੋਜਨਾਵਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਇਹਨਾਂ ਵਿੱਚੋਂ ਅਨੇਕ ਜ਼ਿਲ੍ਹੇ ਸਾਡੇ ਆਦੀਵਾਸੀ ਖੇਤਰਾਂ ਵਿੱਚ ਹਨ ਅਸੀਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਕਾਸ ਦੇ ਇੱਕ ਸਿਹਤਮੰਦ ਮੁਕਾਬਲੇ ਦਾ ਇੱਕ ਉਤਸ਼ਾਹ ਪੈਦਾ ਕੀਤਾ ਹੈ ਇਹ ਉਮੀਦਵਾਨ ਜ਼ਿਲ੍ਹੇ ਭਾਰਤ ਦੇ ਬਾਕੀ ਜ਼ਿਲ੍ਹਿਆਂ ਦੀ ਬਰਾਬਰੀ ਤੱਕ ਪਹੁੰਚਣ ਉਸ ਦਿਸ਼ਾ ਵਿੱਚ ਤੇਜ਼ ਮੁਕਾਬਲਾ ਚੱਲ ਰਿਹਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਅਰਥ ਜਗਤ ਵਿੱਚ ਪੂੰਜੀਵਾਦ ਅਤੇ ਸਮਾਜਵਾਦ ਇਸ ਦੀ ਚਰਚਾ ਤਾਂ ਬਹੁਤ ਹੁੰਦੀ ਹੈ ਪਰ ਭਾਰਤ ਸਹਿਕਾਰਵਾਦ ਤੇ ਵੀ ਜ਼ੋਰ ਦਿੰਦਾ ਹੈ ਸਹਿਕਾਰਵਾਦ ਸਾਡੀ ਪਰੰਪਰਾ ਅਤੇ ਸਾਡੇ ਸੰਸਕਾਰਾਂ ਦੇ ਵੀ ਅਨੁਕੂਲ ਹੈ ਸਹਿਕਾਰਵਾਦ ਜਿਸ ਵਿੱਚ ਜਨਤਾ ਜਨਾਰਦਨ ਦੀ ਸਮੂਹਿਕ ਸ਼ਕਤੀ ਦਾ ਅਰਥ ਵਿਵਸਥਾ ਦੀ ਚਾਲਕ ਸ਼ਕਤੀ ਦੇ ਰੂਪ ਵਿੱਚ ਡਰਾਈਵਿੰਗ ਫੋਰਸ ਬਣੇ ਇਹ ਦੇਸ਼ ਦੇ ਹੇਠਲੇ ਪੱਧਰ ਦੀ ਅਰਥ ਵਿਵਸਥਾ ਦੇ ਲਈ ਇੱਕ ਅਹਿਮ ਖੇਤਰ ਹੈ ਕੋਆਪਰੇਟਿਵ ਇਹ ਸਿਰਫ ਕਾਨੂੰਨ ਨਿਯਮਾਂ ਦੇ ਜੰਜਾਲ ਵਾਲੀ ਇੱਕ ਵਿਵਸਥਾ ਨਹੀਂ ਹੈ ਸਗੋਂ ਕੋਆਪਰੇਟਿਵ ਇੱਕ ਸਪਿਰਿਟ ਹੈ ਕੋਆਪਰੇਟਿਵ ਇੱਕ ਸੰਸਕਾਰ ਹੈ ਇਹ ਕੋਆਪਰੇਟਿਵ ਇੱਕ ਸਮੂਹਿਕ ਚੱਲਣ ਦੀ ਮਨੋਵ੍ਰਿਤੀ ਹੈ ਉਹਨਾਂ ਦਾ ਸਸ਼ਕਤੀਕਰਨ ਹੋਵੇ ਇਸ ਦੇ ਲਈ ਅਸੀਂ ਅਲੱਗ ਮੰਤਰਾਲਾ ਬਣਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਹੈ ਅਤੇ ਸੂਬਿਆਂ ਵਿੱਚ ਜੋ ਸਹਿਕਾਰੀ ਖੇਤਰ ਹਨ ਉਹਨਾਂ ਨੂੰ ਜਿੰਨਾ ਜ਼ਿਆਦਾ ਜ਼ੋਰ ਦੇ ਸਕੀਏ ਉਹ ਜ਼ੋਰ ਦੇਣ ਲਈ ਅਸੀਂ ਇਹ ਕਦਮ ਚੁੱਕਿਆ ਹੈ। ਮੇਰੇ ਪਿਆਰੇ ਦੇਸ਼ਵਾਸੀਓ ਇਸ ਦਹਾਕੇ ਵਿੱਚ ਆਪਾਂ ਪਿੰਡਾਂ ਵਿੱਚ ਨਮੀ ਅਰਥ ਵਿਵਸਥਾ ਦੇ ਨਿਰਮਾਣ ਲਈ ਪੂਰੀ ਸ਼ਕਤੀ ਲਗਾਉਣੀ ਹੋਵੇਗੀ। ਅੱਜ ਆਪਾਂ ਆਪਣੇ ਪਿੰਡਾਂ ਨੂੰ ਤੇਜ਼ੀ ਨਾਲ ਬਦਲਦੇ ਦੇਖ ਰਹੇ ਹਾਂ ਬੀਤੇ ਕੁਝ ਸਾਲ ਪਿੰਡਾਂ ਤੱਕ ਸੜਕ ਅਤੇ ਬਿਜਲੀ ਪਹੁੰਚਾਉਣ ਦੇ ਰਹੇ ਸਨ ਉਹ ਪੂਰਾ ਕਾਲ ਖੰਡ ਸਾੜਾ ਰਿਹਾ ਪਰ ਹੁਣ ਇਹਨਾਂ ਪਿੰਡਾਂ ਨੂੰ ਆਪਟੀਕਲ ਫਾਈਬਰ ਨੈਟਵਰਕ ਰਾਹੀਂ ਡੇਟਾ ਦੀ ਤਾਕਤ ਪਹੁੰਚ ਰਹੀ ਹੈ ਇੰਟਰਨੈਟ ਪਹੁੰਚ ਰਿਹਾ ਹੈ ਪਿੰਡਾਂ ਵਿੱਚ ਵੀ ਡਿਜੀਟਲ ਉਦਮੀ ਤਿਆਰ ਹੋ ਰਹੇ ਹਨ ਪਿੰਡਾਂ ਵਿੱਚ ਜੋ ਸਾਡੀਆਂ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ 8 ਕਰੋੜ ਤੋਂ ਵੱਧ ਭੈਣਾਂ ਹਨ ਉਹ ਇੱਕ ਤੋਂ ਵੱਧ ਕੇ ਇੱਕ ਉਤਪਾਦ ਬਣਾਉਂਦੀਆਂ ਹਨ ਇਹਨਾਂ ਦੇ ਉਤਪਾਦਾਂ ਨੂੰ ਦੇਸ਼ ਵਿੱਚ ਅਤੇ ਵਿਦੇਸ਼ ਵਿੱਚ ਵੱਡਾ ਬਾਜ਼ਾਰ ਮਿਲੇ ਇਸ ਦੇ ਲਈ ਹੁਣ ਸਰਕਾਰ ਈ-ਕਾਮਰਸ ਪਲੇਟਫਾਰਮ ਵੀ ਤਿਆਰ ਕਰੇਗੀ ਅੱਜ ਜਦੋਂ ਦੇਸ਼ ਵੋਕਲ ਫਾਰ ਲੋਕਲ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ ਤਾਂ ਇਹ ਡਿਜੀਟਲ ਪਲੇਟਫਾਰਮ ਮਹਿਲਾ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਦੇਸ਼ ਦੇ ਦੂਰ ਦਰਾਡੇ ਖੇਤਰਾਂ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਵੀ ਲੋਕਾਂ ਨਾਲ ਜੋੜੇਗਾ ਅਤੇ ਉਹਨਾਂ ਦੀ ਪਹੁੰਚ ਬਹੁਤ ਵਿਸਤ੍ਰਿਤ ਹੋਵੇਗੀ 코로나 ਦੇ ਦੌਰਾਨ ਦੇਸ਼ ਨੇ ਟੈਕਨੋਲੋਜੀ ਦੀ ਤਾਕਤ ਅਤੇ ਸਾਡੇ ਵਿਗਿਆਨੀਆਂ ਦੀ ਸਮਰੱਥਾ ਅਤੇ ਉਹਨਾਂ ਦੀ ਵਚਨਬੱਧਤਾ ਨੂੰ ਵੇਖਿਆ ਹੈ ਦੇਸ਼ ਦੇ ਹਰ ਖੇਤਰ ਵਿੱਚ ਸਾਡੇ ਵਿਗਿਆਨੀ ਬਹੁਤ ਸੂਝ-ਬੂਝ ਨਾਲ ਕੰਮ ਕਰ ਰਹੇ ਹਨ ਹੁਣ ਸਮਾਂ ਆ ਗਿਆ ਹੈ ਕਿ ਆਪਾਂ ਆਪਣੇ ਖੇਤੀ ਖੇਤਰ ਵਿੱਚ ਵੀ ਵਿਗਿਆਨੀਆਂ ਦੀ ਕਾਬਲੀਅਤ ਅਤੇ ਉਹਨਾਂ ਦੇ ਸੁਝਾਵਾਂ ਨੂੰ ਵੀ ਸਾਡੇ ਖੇਤੀਬਾੜੀ ਸੈਕਟਰ ਵਿੱਚ ਜੋੜੀਏ ਹੁਣ ਆਪਾਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਹਾਂ ਅਤੇ ਆਪਾਂ ਇਸ ਦਾ ਪੂਰਾ ਲਾਭ ਵੀ ਲੈਣਾ ਹੈ। ਇਹ ਦੇਸ਼ ਨੂੰ ਭੋਜਨ ਸੁਰੱਖਿਆ ਦੇਣ ਦੇ ਨਾਲ ਫਲ, ਸਬਜ਼ੀਆਂ ਅਤੇ ਅਨਾਜ ਦਾ ਉਤਪਾਦਨ ਵਧਾਉਣ ਵਿੱਚ ਵੀ ਬਹੁਤ ਵੱਡੀ ਮਦਦ ਕਰੇਗਾ। ਅਤੇ ਅਸੀਂ ਦੁਨੀਆ ਤੱਕ ਪਹੁੰਚਣ ਲਈ ਆਪਣੇ ਆਪ ਨੂੰ ਮਜ਼ਬੂਤੀ ਨਾਲ ਅੱਗੇ ਵਧਾਵਾਂਗੇ। ਇਹ ਨਾ ਉਪਰਾਾਲਿਆਂ ਦੇ ਵਿੱਚ ਆਪਾਂ ਖੇਤੀ ਸੈਕਟਰ ਦੀ ਇੱਕ ਵੱਡੀ ਚੁਣੌਤੀ ਵੱਲ ਵੀ ਧਿਆਨ ਦੇਣਾ ਹੈ ਇਹ ਚੁਣੌਤੀ ਹੈ ਪਿੰਡਾਂ ਦੇ ਲੋਕਾਂ ਦੇ ਕੋਲ ਘਟ ਹੋ ਰਹੀ ਜ਼ਮੀਨ ਵਧਦੀ ਹੋਈ ਆਬਾਦੀ ਦੇ ਨਾਲ ਪਰਿਵਾਰਾਂ ਦੇ ਜੋ ਵਟਵਾਰੇ ਹੋ ਰਹੇ ਨੇ ਉਸ ਦਾ ਕਾਰਨ ਕਿਸਾਨਾਂ ਦੀ ਜ਼ਮੀਨ ਛੋਟੀ ਤੋਂ ਹੋਰ ਛੋਟੀ ਹੁੰਦੀ ਜਾ ਰਹੀ ਹੈ ਦੇਸ਼ ਦੇ 80% ਤੋਂ ਜ਼ਿਆਦਾ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ 2 ਹੈਕਟੇਅਰ ਤੋਂ ਵੀ ਘੱਟ ਪਹਿਲਾਂ ਜੋ ਦੇਸ਼ ਵਿੱਚ ਨੀਤੀਆਂ ਸਨ ਹਤੇ ਆਪਾ ਦੇਖੀਏ 100 ਵਿੱਚੋਂ 80 ਕਿਸਾਨ ਉਹਨਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਦੇਸ਼ ਦਾ ਕਿਸਾਨ ਇੱਕ ਤਰ੍ਹਾਂ ਨਾਲ ਛੋਟਾ ਕਿਸਾਨ ਹੈ ਪਹਿਲਾਂ ਜੋ ਦੇਸ਼ ਵਿੱਚ ਨੀਤੀਆਂ ਬਣੀਆਂ ਉਹਨਾਂ ਵਿੱਚ ਇਹਨਾਂ ਛੋਟੇ ਕਿਸਾਨਾਂ ਨੂੰ ਜਿੰਨੀ ਪਹਿਲ ਦੇਣੀ ਚਾਹੀਦੀ ਸੀ ਉਹਨਾਂ ਉਹਨਾਂ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਸੀ ਉਹ ਰਹਿ ਗਿਆ ਹੁਣ ਦੇਸ਼ ਵਿੱਚ ਇਹਨਾਂ ਹੀ ਛੋਟੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀ ਸੁਧਾਰ ਕੀਤੇ ਜਾ ਰਹੇ ਹਨ ਫੈਸਲੇ ਲਏ ਜਾ ਰਹੇ ਹਨ ਫਸਲ ਬੀਮਾ ਯੋਜਨਾ ਵਿੱਚ ਸੁਧਾਰ ਹੋਵੇ ਐਮਐਸਪੀ ਨੂੰ ਡੇਢ ਗੁਣਾ ਕਰਨ ਦਾ ਬੜਾ ਮਹੱਤਵਪੂਰਨ ਫੈਸਲਾ ਹੋਵੇ ਛੋਟੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਤੋਂ ਸਸਤੀਆਂ ਦਰਾਂ ਤੇ ਕਰਜ਼ਾ ਮਿਲੇ ਇਸ ਦੀ ਵਿਵਸਥਾ ਹੋਵੇ ਸੋਲਰ ਪਾਵਰ ਨਾਲ ਜੁੜੀਆਂ ਯੋਜਨਾਵਾਂ ਖੇਤਾਂ ਤੱਕ ਪਹੁੰਚਣ ਦੀ ਗੱਲ ਹੋਵੇ ਕਿਸਾਨ ਉਤਪਾਦਕ ਸੰਗਠਨ ਹੋਣ ਇਹ ਸਾਰੇ ਉਪਰਾਲੇ ਛੋਟੇ ਕਿਸਾਨਾਂ ਦੀ ਤਾਕਤ ਵਧਾਉਣਗੇ ਆਉਣ ਵਾਲੇ ਸਮੇਂ ਵਿੱਚ ਬਲਾਕ ਪੱਧਰ ਤੱਕ ਗੋਦਾਮ ਦੀ ਸਹੂਲਤ ਪੈਦਾ ਕਰਨ ਦਾ ਵੀ ਅਭਿਆਨ ਚਲਾਇਆ ਜਾਏਗਾ ਹਰ ਛੋਟੇ ਕਿਸਾਨ ਨੂੰ ਛੋਟੇ-ਛੋਟੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਚਲਾਈ ਜਾ ਰਹੀ ਹੈ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਹੁਣ ਤੱਕ 1.5 ਲੱਖ ਕਰੋੜ ਤੋਂ ਵੱਧ ਰਕਮ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਾ ਦਿੱਤੀ ਗਈ ਹੈ। ਛੋਟਾ ਕਿਸਾਨ ਸਾਡੇ ਲਈ ਸਾਡਾ ਮੰਤਰ ਹੈ, ਸਾਡਾ ਸੰਕਲਪ ਹੈ। ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ। ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ। ਇਹ ਸਾਡਾ ਸੁਪਨਾ ਹੈ। ਆਉਣ ਵਾਲੇ ਸਾਲਾਂ ਵਿੱਚ ਆਪਾਂ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮੂਹਿਕ ਸ਼ਕਤੀ ਨੂੰ ਹੋਰ ਵਧਾਉਣਾ ਹੋਵੇਗਾ ਨਵੀਆਂ ਸੁਵਿਧਾਵਾਂ ਦੇਣੀਆਂ ਹੋਣਗੀਆਂ ਅੱਜ ਦੇਸ਼ ਦੇ 70 ਤੋਂ ਵੱਧ ਰੇਲ ਰੂਟਾਂ ਤੇ ਕਿਸਾਨ ਰੇਲ ਚੱਲ ਰਹੀ ਹੈ ਕਿਸਾਨ ਰੇਲ ਛੋਟੇ ਕਿਸਾਨਾਂ ਨੂੰ ਆਪਣੀ ਪੈਦਾਵਾਰ ਦਾ ਘੱਟ ਕੀਮਤ ਤੇ ਟਰਾਂਸਪੋਰਟੇਸ਼ਨ ਦਾ ਖਰਚਾ ਘੱਟ ਹੋਵੇ ਇਸਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਉਹ ਇਸ ਆਧੁਨਿਕ ਸਹੂਲਤ ਦੇ ਨਾਲ ਆਪਣੀ ਪੈਦਾਵਾਰ ਪਹੁੰਚਾ ਸਕਦਾ ਹੈ। ਕਮਲਮ ਹੋਵੇ ਜਾਂ ਸ਼ਾਹੀ ਲੀਚੀ, ਭੂਤ ਜੁਲਕੀਆ ਮਿਰਚ ਹੋਵੇ ਜਾਂ ਕਾਲਾ ਝੋਲ ਜਾਂ ਹਲਦੀ ਅਨੇਕ ਉਤਪਾਦ ਹੁਣ ਦੁਨੀਆ ਦੇ ਵੱਖੋ ਵੱਖਰੇ ਦੇਸ਼ਾਂ ਵਿੱਚ भेजे ਜਾ ਰਹੇ ਹਨ ਅੱਜ ਦੇਸ਼ ਨੂੰ ਖੁਸ਼ੀ ਹੁੰਦੀ ਹੈ ਜਦੋਂ ਭਾਰਤ ਦੀ ਮਿੱਟੀ ਵਿੱਚ ਪੈਦਾ ਹੋਈਆਂ ਚੀਜ਼ਾਂ ਦੀ ਸੁਗੰਧ ਦੁਨੀਆਂ ਦੇ ਵੱਖੋ-ਵੱਖ ਦੇਸ਼ਾਂ ਤੱਕ ਪਹੁੰਚ ਰਹੀ ਹੈ ਭਾਰਤ ਦੇ ਖੇਤਾਂ ਵਿੱਚੋਂ ਨਿਕਲੀਆਂ ਸਬਜ਼ੀਆਂ ਅਤੇ ਅਨਾਜ ਦੁਨੀਆਂ ਦਾ ਸਵਾਦ ਬਣ ਰਹੀਆਂ ਹਨ ਮੇਰੇ ਪਿਆਰੇ ਦੇਸ਼ਵਾਸੀਓ ਕਿਵੇਂ ਅੱਜ ਪਿੰਡਾਂ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ ਉਸ ਦਾ ਇੱਕ ਉਦਾਹਰਣ ਹੈ ਸਵਾਮਿੱਤਵ ਯੋਜਨਾ ਆਪਾਂ ਸਭ ਜਾਣਦੇ ਹਾਂ ਕਿ ਪਿੰਡਾਂ ਵਿੱਚ ਜ਼ਮੀਨ ਦੀ ਕੀਮਤ ਦਾ ਕੀ ਹਾਲ ਹੁੰਦਾ ਹੈ ਜ਼ਮੀਨ ਉੱਪਰ ਬੈਂਕ ਤੋਂ ਉਹਨਾਂ ਨੂੰ ਕੋਈ ਕਰਜ਼ ਨਹੀਂ ਮਿਲਦਾ ਜ਼ਮੀਨ ਦਾ ਮਾਲਕ ਹੋਣ ਦੇ ਬਾਵਜੂਦ ਵੀ ਕਿਉਂਕਿ ਪਿੰਡਾਂ ਵਿੱਚ ਜ਼ਮੀਨਾਂ ਦੇ ਕਾਗਜ਼ ਉੱਪਰ ਕਈ ਕਈ ਪੀੜ੍ਹੀਆਂ ਤੋਂ ਕੋਈ ਕੰਮ ਨਹੀਂ ਹੋਇਆ ਲੋਕਾਂ ਦੇ ਕੋਲ ਇਸ ਦੀ ਵਿਵਸਥਾ ਨਹੀਂ ਹੈ ਇਸ ਸਥਿਤੀ ਨੂੰ ਬਦਲਣ ਦਾ ਕੰਮ ਅੱਜ ਸਵਾ ਮਿੱਤਵ ਯੋਜਨਾ ਕਰ ਰਹੀ ਹੈ ਅੱਜ ਪਿੰਡ ਪਿੰਡ ਹਰ ਇੱਕ ਘਰ ਦੀ ਹਰ ਜ਼ਮੀਨ ਦੀ ਡਰੋਨ ਰਾਹੀਂ ਮੈਪਿੰਗ ਹੋ ਰਹੀ ਹੈ ਪਿੰਡਾਂ ਦੀਆਂ ਜ਼ਮੀਨਾਂ ਦਾ ਡਾਟਾ ਅਤੇ ਸੰਪਤੀ ਦੇ ਕਾਗਜ਼ ਆਨਲਾਈਨ ਅਪਲੋਡ ਹੋ ਰਹੇ ਹਨ ਇਸ ਨਾਲ ਨਾ ਸਿਰਫ ਪਿੰਡਾਂ ਵਿੱਚ ਜ਼ਮੀਨ ਨਾਲ ਜੁੜੇ ਵਿਵਾਦ ਖਤਮ ਹੋ ਰਹੇ ਹਨ ਸਗੋਂ ਪਿੰਡਾਂ ਦੇ ਲੋਕਾਂ ਨੂੰ ਬੈਂਕ ਤੋਂ ਆਸਾਨੀ ਨਾਲ ਲੋਨ ਵੀ ਮਿਲਣ ਦੀ ਵਿਵਸਥਾ ਬਣੀ ਹੈ ਪਿੰਡਾਂ ਦੇ ਗਰੀਬਾਂ ਦੀਆਂ ਜ਼ਮੀਨਾਂ ਪਿੰਡਾਂ ਦੇ ਗਰੀਬਾਂ ਦੀਆਂ ਜ਼ਮੀਨਾਂ ਵਿਵਾਦ ਦਾ ਨਹੀਂ ਵਿਕਾਸ ਦਾ ਆਧਾਰ ਬਣਨ ਦੇਸ਼ ਅੱਜ ਉਸ ਦਿਸ਼ਾ ਵੱਲ ਵੱਧ ਰਿਹਾ ਹੈ ਮੇਰੇ ਪਿਆਰੇ ਦੇਸ਼ਵਾਸੀਓ Swami Vivekananda ji ਜਦੋਂ ਭਾਰਤ ਦੇ ਭਵਿੱਖ ਦੀ ਗੱਲ ਕਰਦੇ ਸੀ ਆਪਣੀਆਂ ਅੱਖਾਂ ਦੇ ਸਾਹਮਣੇ ਮਾਂ ਭਾਰਤੀ ਦੀ ਸ਼ਾਨ ਦਾ ਜਦੋਂ ਉਹ ਦਰਸ਼ਨ ਕਰਦੇ ਸੀ ਤਾਂ ਉਹ ਕਹਿੰਦੇ ਸੀ ਜਿੱਥੋਂ ਤੱਕ ਹੋ ਸਕੇ ਅਤੀਤ ਵੱਲ ਵੇਖੋ ਜਿੱਥੋਂ ਤੱਕ ਹੋ ਸਕੇ ਅਤੀਤ ਵੱਲ ਵੇਖੋ ਪਿੱਛੇ ਜੋ ਚਿਰ ਨੂਤਨ ਝਰਨਾ ਵਗ ਰਿਹਾ ਹੈ ਪਿੱਛੇ ਜੋ ਚਿਰ ਨੂਤਨ ਝਰਨਾ ਵਗ ਰਿਹਾ ਹੈ ਆਕੰਠ ਉਸ ਦਾ ਜਲ ਪਿਓ ਉਸ ਦਾ ਜਲ ਪਿਓ ਅਤੇ ਉਸ ਤੋਂ ਬਾਅਦ ਦੇਖੋ ਸ਼੍ਰੀ ਵਿਵੇਕਾਨੰਦ ਜੀ ਦੀ ਸ਼ਰਧਾ ਉਸ ਤੋਂ ਬਾਅਦ ਸਾਹਮਣੇ ਵੱਲ ਵੇਖੋ ਅੱਗੇ ਵਧੋ ਅਤੇ ਭਾਰਤ ਨੂੰ ਪਹਿਲਾਂ ਤੋਂ ਵੀ ਕਿਤੇ ਵੱਧ ਰੋਸ਼ਨ ਮਹਾਨ ਉੱਤਮ ਬਣਾਓ ਆਜ਼ਾਦੀ ਦੇ 75ਵੇਂ ਸਾਲ ਵਿੱਚ ਸਾਡਾ ਫਰਜ਼ ਹੈ ਕਿ ਹੁਣ ਆਪਾਂ ਦੇਸ਼ ਦੇ ਅਸੀਮ ਸਮਰੱਥਾ ਉੱਤੇ ਵਿਸ਼ਵਾਸ ਕਰਦੇ ਹੋਏ ਅੱਗੇ ਵਧੀਏ ਆਪਾਂ ਮਿਲ ਕੇ ਕੰਮ ਕਰਨਾ ਹੋਵੇਗਾ ਨੈਕਸਟ ਜਨਰੇਸ਼ਨ ਇਨਫਰਾਸਟ੍ਰਕਚਰ ਦੇ ਲਈ ਆਪਾਂ ਮਿਲ ਕੇ ਕੰਮ ਕਰਨਾ ਹੋਵੇਗਾ ਵਿਸ਼ਵ ਪੱਧਰੀ ਉਤਪਾਦਨ ਦੇ ਲਈ ਆਪਾਂ ਮਿਲ ਕੇ ਕੰਮ ਕਰਨਾ ਹੋਵੇਗਾ ਕਟਿੰਗ এজ ਇਨੋਵੇਸ਼ਨ ਦੇ ਲਈ ਆਪਾਂ ਮਿਲ ਕੇ ਕੰਮ ਕਰਨਾ ਹੋਵੇਗਾ ਨਿਊ 에ਜ ਟੈਕਨੋਲੋਜੀ ਦੇ ਲਈ ਮੇਰੇ ਪਿਆਰੇ ਦੇਸ਼ਵਾਸੀਓ ਆਧੁਨਿਕ ਦੁਨੀਆ ਵਿੱਚ ਤਰੱਕੀ ਦੀ ਬੁਨਿਆਦ ਆਧੁਨਿਕ ਇਨਫਰਾਸਟ੍ਰਕਚਰ ਉੱਪਰ ਖੜੀ ਹੁੰਦੀ ਹੈ ਇਹ ਮੱਧ ਵਰਗੀ ਜ਼ਰੂਰਤਾਂ ਉਮੀਦਾਂ ਦੀ ਵੀ ਪੂਰਤੀ ਕਰਦੇ ਹਨ ਕਮਜ਼ੋਰ ਇਨਫਰਾਸਟ੍ਰਕਚਰ ਦਾ ਬਹੁਤ ਵੱਡਾ ਨੁਕਸਾਨ ਵਿਕਾਸ ਦੀ ਗਤੀ ਨੂੰ ਵੀ ਹੁੰਦਾ ਹੈ ਸ਼ਹਿਰੀ ਮੱਧ ਵਰਗ ਨੂੰ ਵੀ ਹੁੰਦਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਇਸੇ ਗੱਲ ਨੂੰ ਸਮਝਦੇ ਹੋਏ ਜਲ ਥਲ ਆਕਾਸ਼ ਹਰ ਖੇਤਰ ਵਿੱਚ ਦੇਸ਼ ਨੇ ਗੈਰ ਮਾਮੂਲੀ ਰਫਤਾਰ ਅਤੇ ਪੈਮਾਨੇ ਤੇ ਕੰਮ ਕਰਕੇ ਵਿਖਾਇਆ ਹੈ ਨਵੇਂ ਜਲ ਮਾਰਗ ਵਾਟਰ ਵੇਜ਼ ਹੋਣ ਨਵੇਂ-ਨਵੇਂ ਥਾਮਾ ਨੂੰ ਸੀ ਪਲੇਨ ਨਾਲ ਜੋੜਨਾ ਹੋਵੇ ਦੇਸ਼ ਵਿੱਚ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਭਾਰਤੀ ਰੇਲਵੇ ਵੀ ਤੇਜ਼ੀ ਨਾਲ ਆਧੁਨਿਕ અવਤਾਰ ਵਿੱਚ ਢਲ ਰਹੀ ਹੈ ਦੇਸ਼ ਨੇ ਸੰਕਲਪ ਲਿਆ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤੁਹਾਨੂੰ ਪਤਾ ਹੋਵੇਗਾ ਕਿ 75 ਹਫ਼ਤੇ ਤੱਕ ਮਨਾਉਣਾ ਹੈ 12 ਮਾਰਚ ਤੋਂ ਸ਼ੁਰੂ ਹੋਇਆ ਹੈ ਅਤੇ 2023 15 ਅਗਸਤ ਤੱਕ ਇਸ ਨੂੰ ਚਲਾਉਣਾ ਹੈ ਉਤਸ਼ਾਹ ਨਾਲ ਅੱਗੇ ਵਧਣਾ ਹੈ ਅਤੇ ਇਸ ਲਈ ਦੇਸ਼ ਨੇ ਇੱਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਹੈ ਆਜ਼ਾਦੀ ਦੇ ਅੰਮ੍ਰਿਤ ਮਹੌਤਸਵ ਵਿੱਚ 75 ਹਫ਼ਤਿਆਂ ਵਿੱਚ ਇਹਨਾਂ 75 ਹਫ਼ਤਿਆਂ ਵਿੱਚ 75 ਵੰਦੇ ਭਾਰਤ ਰੇਲਾਂ ਦੇਸ਼ ਦੇ ਹਰ ਕੋਨੇ ਨੂੰ ਹੋਣਗੀਆਂ ਅੱਜ ਜਿਸ ਰਫ਼ਤਾਰ ਨਾਲ ਦੇਸ਼ ਵਿੱਚ ਨਵੇਂ 에ਰਪੋਰਟਾਂ ਦਾ ਨਿਰਮਾਣ ਹੋ ਰਿਹਾ ਹੈ ਉਡਾਨ ਯੋਜਨਾ ਦੂਰ ਦਰਾਡੇ ਦੇ ਖੇਤਰਾਂ ਨੂੰ ਜੋੜ ਰਹੀ ਹੈ ਇਹ ਬੇਮਿਸਾਲ ਹੈ ਅੱਜ ਆਪਾਂ ਵੇਖ ਰਹੇ ਹਾਂ ਕਿ ਕਿਵੇਂ ਬਿਹਤਰ 에ਅਰ ਕਨੈਕਟੀਵਿਟੀ ਲੋਕਾਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਨੂੰ ਆਧੁਨਿਕ ਇਨਫਰਾਸਟ੍ਰਕਚਰ ਦੇ ਨਾਲ ਹੀ ਇਨਫਰਾਸਟ੍ਰਕਚਰ ਨਿਰਮਾਣ ਵਿੱਚ ਹੋਲਿਸਟਿਕ ਅਪਰੋਚ ਇੰਟੀਗ੍ਰੇਟਿਡ ਅਪਰੋਚ ਅਪਣਾਉਣ ਦੀ ਬਹੁਤ ਜ਼ਰੂਰਤ ਹੈ ਭਾਰਤ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਪ੍ਰਧਾਨ ਮੰਤਰੀ ਗਤੀਸ਼ਕਤੀ ਗਤੀਸ਼ਕਤੀ ਦੇ ਨੈਸ਼ਨਲ ਮਾਸਟਰ ਪਲਾਨ ਨੂੰ ਦੇਸ਼ ਦੇ ਸਾਹਮਣੇ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨੇ ਸਾਕਾਰ ਕਰਨ ਵਾਲੀ ਇੱਕ ਬਹੁਤ ਵੱਡੀ ਯੋਜਨਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਉਣ ਵਾਲੇ ਹਾਂ ਉਸ ਨੂੰ ਲਾਂਚ ਕਰਨ ਵਾਲੇ ਹਾਂ 100 ਲੱਖ ਕਰੋੜ 100 ਲੱਖ ਕਰੋੜ ਤੋਂ ਵੀ ਵੱਧ ਦੀ ਯੋਜਨਾ ਲੱਖਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਉਣ ਵਾਲੀ ਹੈ ਗਤੀਸ਼ਕਤੀ ਆਪਣੇ ਦੇਸ਼ ਦੇ ਲਈ ਇੱਕ ਅਜਿਹਾ ਨੈਸ਼ਨਲ ਇਨਫਰਾਸਟ੍ਰਕਚਰ ਮਾਸਟਰ ਪਲਾਨ ਹੋਵੇਗਾ ਜੋ ਹੋਲਿਸਟਿਕ 인ਫਰਾਸਟ੍ਰਕਚਰ ਦੀ ਨਹੀਂ ਰੱਖੇਗਾ ਆਪਣੀ ਅਰਥ ਵਿਵਸਥਾ ਨੂੰ ਇੱਕ ਇੰਟੀਗ੍ਰੇਟਿਡ ਅਤੇ ਹੋਲਿਸਟਿਕ ਪਾਥਵੇ ਦੇਵੇਗਾ ਹਾਲੇ ਆਪਾਂ ਦੇਖਦੇ ਹਾਂ ਕਿ ਸਾਡੇ ਆਵਾਜਾਈ ਦੇ ਸਾਧਨਾਂ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ ਗਤੀ ਸ਼ਕਤੀ ਸਾਈਲੋਜ਼ ਨੂੰ ਤੋੜੇਗੀ ਭਵਿੱਖ ਦੇ ਰਸਤੇ ਤੋਂ ਇਹਨਾਂ ਸਭ ਰੋਕਾਂ ਨੂੰ ਜਿੰਨੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਹਟਾਏਗੀ ਇਸ ਨਾਲ ਸਧਾਰਨ ਮਨੁੱਖ ਦਾ ਸਫਰ ਵਿੱਚ ਸਮਾਂ ਘਟੇਗਾ ਅਤੇ ਸਾਡੇ ਉਦਯੋਗਾਂ ਦੀ ਉਤਪਾਦਕਤਾ ਹੋਰ ਵਧੇਗੀ ਗਤੀਸ਼ਕਤੀ ਸਾਡੇ ਸਥਾਨਕ ਨਿਰਮਾਤਾਵਾਂ ਨੂੰ ਕੰਪੀਟੀਟਿਵ ਬਣਾਉਣ ਵਿੱਚ ਸਹਾਈ ਹੋਵੇਗੀ ਅਤੇ ਇਸ ਨਾਲ ਪ੍ਰਵੇਖ ਦੇ ਇਕਨੋਮਿਕ ਜ਼ੋਨਾਂ ਦੇ ਨਿਰਮਾਣ ਦੀਆਂ ਨਵੀਆਂ ਸੰਭਾਵਨਾਵਾਂ ਵੀ ਵਿਕਸਿਤ ਹੋਣਗੀਆਂ। ਅਮ੍ਰਿਤਕਾਲ ਦੇ ਇਸ ਦਹਾਕੇ ਵਿੱਚ ਗਤੀ ਦੀ ਸ਼ਕਤੀ ਭਾਰਤ ਦੇ ਕਾਇਆ ਕਲਪ ਦਾ ਆਧਾਰ ਬਣੇਗੀ। ਮੇਰੇ ਪਿਆਰੇ ਦੇਸ਼ਵਾਸੀਓ, ਵਿਕਾਸ ਦੇ ਰਾਤੇ ਅੱਗੇ ਵਧਦੇ ਹੋਏ ਭਾਰਤ ਨੂੰ ਆਪਣੀ ਮੈਨੂਫੈਕਚਰਿੰਗ ਅਤੇ ਬਰਾਮਦ ਦੋਵਾਂ ਨੂੰ ਵਧਾਉਣਾ ਹੋਵੇਗਾ ਤੁਸੀਂ ਦੇਖਿਆ ਹੈ ਹਾਲੇ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਆਪਣੇ ਪਹਿਲੇ ਸਵਦੇਸ਼ੀ 에ਅਰਕ੍ਰਾਫਟ ਕੈਰੀਅਰ ਆਈ ਐਨ ਐਸ ਵਿਕਰਾਂਤ ਨੂੰ ਸਮੁੰਦਰ ਵਿੱਚ ਪ੍ਰੀਖਣ ਲਈ ਉਤਾਰਿਆ ਹੈ ਭਾਰਤ ਅੱਜ ਆਪਣਾ ਲੜਾਕੂ ਜਹਾਜ਼ ਬਣਾ ਰਿਹਾ ਹੈ ਆਪਣੀ ਪਣ ਡੁੱਬੀ ਬਣਾ ਰਿਹਾ ਹੈ ਗਗਨ ਯਾਨ ਵੀ ਪੁਲਾੜ ਵਿੱਚ ਭਾਰਤ ਦਾ ਝੰਡਾ ਫਹਿਰਾਉਣ ਲਈ ਤਿਆਰ ਹੋ ਰਿਹਾ ਹੈ ਇਹ ਸਵਦੇਸ਼ੀ ਮੈਨੂਫੈਕਚਰਿੰਗ ਵਿੱਚ ਸਾਡੀ ਸਮਰੱਥਾ ਨੂੰ ਉਜਾਗਰ ਕਰਦਾ ਹੈ ਕੋਰੋਨਾ ਤੋਂ ਬਾਅਦ ਉਭਰੀਆਂ ਨਵੀਆਂ ਆਰਥਿਕ પરિਸਥਿਤੀਆਂ ਵਿੱਚ ਮੇਕ ਇਨ ਇੰਡੀਆ ਨੂੰ ਸਥਾਪਿਤ ਕਰਨ ਲਈ ਦੇਸ਼ ਨੇ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਦਾ ਵੀ ਐਲਾਨ ਕੀਤਾ ਹੈ ਇਸ ਸਕੀਮ ਨਾਲ ਜੋ ਬਦਲਾਅ ਆ ਰਿਹਾ ਹੈ ਉਸ ਦਾ ਉਦਾਹਰਣ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਸੈਕਟਰ ਹੈ 7 ਸਾਲ ਪਹਿਲਾਂ ਆਪਾਂ ਲਗਭਗ 8 ਬਿਲੀਅਨ ਡਾਲਰ ਦੇ ਮੋਬਾਈਲ ਫੋਨ ਇੰਪੋਰਟ ਭਾਬ ਦਰਾਮਦ ਕਰਦੇ ਸੀ ਹੁਣ ਇੰਪੋਰਟ ਤਾਂ ਬਹੁਤ ਜ਼ਿਆਦਾ ਘਟਿਆ ਹੈ ਅੱਜ ਆਪਾਂ 3 ਬਿਲੀਅਨ ਡਾਲਰ ਦੇ ਮੋਬਾਈਲ ਫੋਨ ਬਰਾਮਦ ਕਰ ਰਹੇ ਹਾਂ ਅੱਜ ਜਦੋਂ ਆਪਣੇ ਮੈਨੂਫੈਕਚਰਿੰਗ ਸੈਕਟਰ ਨੂੰ ਗਤੀ ਮਿਲ ਰਹੀ ਹੈ ਤਾਂ ਸਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਅਸੀਂ ਭਾਰਤ ਵਿੱਚ ਜੋ ਬਣਾਈਏ ਉਹ ਆਪਾਂ ਬੈਸਟ ਕੁਆਲਿਟੀ ਦੇ ਨਾਲ ਕੌਮਾਂਤਰੀ ਮੁਕਾਬਲੇ ਵਿੱਚ ਟਿਕੇ ਅਤੇ ਹੋ ਸਕੇ ਤਾਂ ਇੱਕ ਕਦਮ ਅੱਗੇ ਵਧੇ ਇਹ ਤਿਆਰੀ ਕਰਨੀ ਹੈ ਅਤੇ ਕੌਮਾਂਤਰੀ ਬਾਜ਼ਾਰ ਨੂੰ ਆਪਾਂ ਨਿਸ਼ਾਨਾ ਬਣਾਉਣਾ ਹੈ ਦੇਸ਼ ਦੇ ਸਭ ਉਤਪਾਦਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਉਤਪਾਦਕਾਂ ਨੂੰ ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਹੋਵੇਗਾ ਕਿ ਤੁਸੀਂ ਜੋ ਉਤਪਾਦ ਬਾਹਰ ਭੇਜਦੇ ਹੋ ਉਹ ਸਿਰਫ ਤੁਹਾਡੀ ਕੰਪਨੀ ਵੱਲੋਂ ਬਣਾਇਆ ਹੋਇਆ ਸਿਰਫ ਇੱਕ ਪੁਰਜਾ ਨਹੀਂ ਹੈ ਇਹ ਕੋ ਉਤਪਾਦ ਨਹੀਂ ਹੈ ਉਸ ਦੇ ਨਾਲ ਭਾਰਤ ਦੀ ਪਛਾਣ ਜੁੜੀ ਹੋਈ ਹੈ ਭਾਰਤ ਦੀ ਪ੍ਰਤਿਸ਼ਠਾ ਜੁੜੀ ਹੋਈ ਹੈ ਭਾਰਤ ਦੇ ਕਰੋੜਾਂ ਕਰੋੜ ਲੋਕਾਂ ਦਾ ਭਰੋਸਾ ਜੁੜਿਆ ਹੋਇਆ ਹੈ ਮੇਰੇ ਪਿਆਰੇ ਦੇਸ਼ ਵਾਸੀਓ ਮੈਂ ਇਸੇ ਲਈ ਉਤਪਾਦਕਾਂ ਨੂੰ ਕਹਿੰਦਾ ਹਾਂ ਤੁਹਾਡਾ ਹਰ ਇੱਕ ਉਤਪਾਦ ਭਾਰਤ ਦਾ ਬ੍ਰਾਂਡ ਐਮਬੈਸਡਰ ਹੈ ਜਦੋਂ ਤੱਕ ਉਤਪਾਦ ਇਸਤੇਮਾਲ ਵਿੱਚ ਲਿਆਂਦਾ ਜਾਵੇਗਾ ਉਸ ਨੂੰ ਖਰੀਦਣ ਵਾਲਾ ਕਹੇਗਾ ਬੜੇ ਮਾਣ ਨਾਲ ਕਹੇਗਾ ਸੀਨਾ ਤਾਣ ਕੇ ਕਹੇਗਾ ਹਾਂ ਇਹ ਮੇਡ ਇਨ ਇੰਡੀਆ ਹੈ ਇਹ ਮિજાਜ ਚਾਹੀਦਾ ਹੈ ਹੁਣ ਤੁਹਾਡੇ ਮਨ ਵਿੱਚ ਦੁਨੀਆ ਦੇ ਬਾਜ਼ਾਰ ਵਿੱਚ ਛਾ ਜਾਣ ਦਾ ਸੁਪਨਾ ਹੋਣਾ ਚਾਹੀਦਾ ਹੈ ਇਸ ਸੁਪਨੇ ਨੂੰ ਪੂਰਾ ਕਰਨ ਲਈ ਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਅੱਜ ਦੇਸ਼ ਦੇ ਵੱਖੋ ਵੱਖਰੇ ਸੈਕਟਰ ਅਤੇ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ ਟਾਇਰ 2 ਟਾਇਰ 3 ਸ਼ਹਿਰਾਂ ਵਿੱਚ ਵੀ ਨਵੇਂ-ਨਵੇਂ ਸਟਾਰਟਅਪ ਬਣ ਰਹੇ ਨੇ। ਉਹਨਾਂ ਦੇ ਭਾਰਤੀ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਜਾਣ ਦੀ ਵੱਡੀ ਭੂਮਿਕਾ ਵੀ ਹੈ। ਸਰਕਾਰ ਆਪਣੇ ਇਹਨਾਂ ਸਟਾਰਟਅਪ ਦੇ ਨਾਲ ਪੂਰੀ ਤਾਕਤ ਨਾਲ ਖੜੀ ਹੈ। ਉਹਨਾਂ ਨੂੰ ਆਰਥਿਕ ਮਦਦ ਦੇਣੀ ਹੋਵੇ, ਟੈਕਸ ਵਿੱਚ ਛੋਟ ਦੇਣੀ ਹੋਵੇ, ਉਹਨਾਂ ਦੇ ਲਈ ਨਿਯਮਾਂ ਨੂੰ ਸਰਲ ਬਣਾਉਣਾ ਹੋਵੇ। ਸਭ ਕੁਝ ਕੀਤਾ ਜਾ ਰਿਹਾ ਹੈ ਆਪਾਂ ਦੇਖਿਆ ਹੈ ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਵਿੱਚ ਵੀ ਹਜ਼ਾਰਾਂ ਹਜ਼ਾਰ ਨਵੇਂ ਸਟਾਰਟਅੱਪਸ ਉੱਭਰ ਕੇ ਆਏ ਨੇ ਬੜੀ ਸਫਲਤਾ ਨਾਲ ਉਹ ਅੱਗੇ ਵਧ ਰਹੇ ਹਨ ਕੱਲ ਦੇ ਸਟਾਰਟਅੱਪਸ ਅੱਜ ਦੇ ਯੂਨੀਕੌਰਨ ਬਣ ਰਹੇ ਹਨ ਇਨਾਂ ਦੀ ਮਾਰਕੀਟ ਵੈਲਿਊ ਹਜ਼ਾਰਾਂ ਕਰੋੜ ਰੁਪਏ ਤੱਕ ਪਹੁੰਚ ਰਹੀ ਹੈ। ਇਹ ਦੇਸ਼ ਦੇ ਨਵੇਂ ਤਰ੍ਹਾਂ ਦੇ ਪੂੰਜੀ ਨਿਰਮਾਤਾ ਹਨ। ਇਹ ਆਪਣੇ ਨਵੇਕਲੇ ਆਈਡੀਆ ਦੀ ਸ਼ਕਤੀ ਨਾਲ ਆਪਣੇ ਪੈਰਾਂ ਤੇ ਖੜੇ ਹੋ ਰਹੇ ਨੇ। ਅੱਗੇ ਵਧ ਰਹੇ ਨੇ। ਅਤੇ ਦੁਨੀਆ ਉੱਤੇ ਛਾ ਜਾਣ ਦਾ ਸੁਪਨਾ ਲੈ ਕੇ ਚੱਲ ਰਹੇ ਨੇ। ਇਸ ਦਹਾਕੇ ਭਾਰਤ ਦੇ ਸਟਾਰਟਅੱਪਸ ਭਾਰਤ ਦੇ ਸਟਾਰਟਅੱਪ ਇਕੋਸਿਸਟਮ ਇਸ ਨੂੰ ਅਸੀਂ ਪੂਰੀ ਦੁਨੀਆ ਵਿੱਚ ਸਰਵੋਤਮ ਬਣਾਈਏ ਆਪਾਂ ਇਸ ਦਿਸ਼ਾ ਵਿੱਚ ਕੰਮ ਕਰਨਾ ਹੈ ਆਪਾਂ ਰੁਕਣਾ ਨਹੀਂ ਹੈ ਮੇਰੇ ਪਿਆਰੇ ਦੇਸ਼ਵਾਸੀਓ ਵੱਡੇ ਬਦਲਾਅ ਲਿਆਉਣ ਲਈ ਵੱਡੇ ਰਿਫਾਰਮ ਲਈ ਰਾਜਨੀਤਿਕ ਇੱਛਾ ਸ਼ਕਤੀ ਪੋਲਿਟিক্যাল ਵਿਲ ਦੀ ਜ਼ਰੂਰਤ ਹੁੰਦੀ ਹੈ ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਦੀ ਕੋਈ ਘਾਟ ਨਹੀਂ ਹੈ ਰਿਫਾਰਮਸ ਨੂੰ ਲਾਗੂ ਕਰਨ ਲਈ ਗੁੱਡ ਅਤੇ ਸਮਾਰਟ ਗਵਰਨੈਂਸ ਚਾਹੀਦੀ ਹੈ ਅੱਜ ਦੁਨੀਆ ਇਸ ਗੱਲ ਦੀ ਗਵਾਹ ਹੈ ਕਿ ਕਿਵੇਂ ਭਾਰਤ ਆਪਣੇ ਇੱਥੇ ਗਵਰਨੈਂਸ ਦਾ ਨਵਾਂ ਅਧਿਆਇ ਲਿਖ ਰਿਹਾ ਹੈ અમૃતકાળ ਦੇ ਇਸ દહાકે ਵਿੱਚ ਅਸੀਂ ਨੈਕਸਟ ਜਨਰੇਸ਼ਨ ਰਿਫਾਰਮਸ ਨੂੰ ਅਤੇ ਉਸ ਵਿੱਚ ਸਾਡੀ ਪਹਿਲ ਰਹੇਗੀ નાગરિકਾਂ ਨੂੰ ਜੋ ਕੁਝ ਮਿਲਣਾ ਚਾਹੀਦਾ ਹੈ ਸਰਵਿਸ ਡਿਲੀਵਰੀ ਉਹ ਲਾਸਟ ਮਾਈਲ ਤੱਕ ਆਖਰੀ ਵਿਅਕਤੀ ਤੱਕ ਬਿਨਾਂ ਰੁਕਾਵਟ ਬਿਨਾਂ ਝਿਜਕ ਬਿਨਾਂ ਮੁਸ਼ਕਿਲ ਉਸ ਤੱਕ ਪਹੁੰਚੇ ਦੇਸ਼ ਦੇ ਸੰਪੂਰਨ ਵਿਕਾਸ ਦੇ ਲਈ ਲੋਕਾਂ ਦੇ ਜੀਵਨ ਵਿੱਚ ਸਰਕਾਰ ਅਤੇ ਸਰਕਾਰੀ ਪ੍ਰਕਿਰਿਆਵਾਂ ਦਾ ਬੇਵਜ੍ਹਾ ਦਖਲ ਖਤਮ ਕਰਨਾ ਹੀ ਹੋਵੇਗਾ ਪਹਿਲਾਂ ਦੇ ਸਮੇਂ ਸਰਕਾਰ ਖੁਦ ਹੀ ਡਰਾਈਵਿੰਗ ਸੀਟ ਤੇ ਬੈਠ ਗਈ ਸੀ ਇਹ ਉਸ ਵੇਲੇ ਦੀ ਸ਼ਾਇਦ ਲੋੜ ਰਹੀ ਹੋਵੇਗੀ ਪਰ ਹੁਣ ਸਮਾਂ ਬਦਲ ਚੁੱਕਿਆ ਹੈ ਬੀਤੇ 7 ਵਰਿਆਂ ਵਿੱਚ ਦੇਸ਼ ਵਿੱਚ ਇਸ ਦੇ ਲਈ ਯਤਨ ਵੀ ਵਧੇ ਹਨ ਕੇ ਦੇਸ਼ ਦੇ ਲੋਕਾਂ ਨੂੰ ਗੈਰ ਜ਼ਰੂਰੀ ਕਾਨੂੰਨਾਂ ਦੇ ਜਾਲ ਗੈਰ ਜ਼ਰੂਰੀ ਪ੍ਰਕਿਰਿਆਵਾਂ ਦੇ ਜਾਲ ਤੋਂ ਮੁਕਤੀ ਦਵਾਈ ਜਾਏ ਹੁਣ ਤੱਕ ਦੇਸ਼ ਦੇ ਸੈਂਕੜੇ ਪੁਰਾਣੇ ਕਾਨੂੰਨਾਂ ਨੂੰ ਖਤਮ ਕੀਤਾ ਜਾ ਚੁੱਕਿਆ ਹੈ ਕਰੋਨਾ ਦੇ ਇਸ ਕਾਲ ਖੰਡ ਵਿੱਚ ਵੀ ਸਰਕਾਰ ਨੇ 15000 ਤੋਂ ਵੱਧ 15000 ਤੋਂ ਵੱਧ ਕੰਪਲਾਈਐਂਸਸ ਨੂੰ ਖਤਮ ਕੀਤਾ ਹੈ ਹੁਣ ਤੁਸੀਂ ਦੇਖੋ ਤੁਹਾਨੂੰ ਵੀ ਮਹਿਸੂਸ ਹੋਵੇਗਾ ਕੋਈ ਛੋਟਾ ਜਿਹਾ ਵੀ ਕੰਮ ਹੋਵੇ ਬਹੁਤ ਸਾਰੇ ਕਾਗਜ਼ بار بار ਕਾਗਜ਼ ਇੱਕ ਹੀ ਜਾਣਕਾਰੀ ਅਨੇਕ ਵਾਰ ਇਹੀ ਚੱਲਦਾ ਰਿਹਾ ਹੈ 15000 ਕੰਪਲਾਈਐਂਸਸ ਨੂੰ ਅਸੀਂ ਖਤਮ ਕੀਤਾ ਹੈ ਤੁਸੀਂ ਸੋਚੋ 200 ਸਾਲ ਪਹਿਲਾਂ ਇੱਕ ਉਦਾਹਰਣ ਮੈਂ ਦੇਣਾ ਚਾਹੁੰਦਾ ਹਾਂ 200 ਸਾਲ ਪਹਿਲਾਂ ਆਪਣੇ ਇਥੇ ਇੱਕ ਕਾਨੂੰਨ ਚੱਲਿਆ ਆ ਰਿਹਾ ਹੈ 200 ਸਾਲ ਪਾਵ 1857 ਤੋਂ ਵੀ ਪਹਿਲਾਂ ਤੋਂ ਜਿਸ ਕਾਰਨ ਦੇਸ਼ ਦੇ ਨਾਗਰਿਕਾਂ ਨੂੰ ਮੈਪਿੰਗ ਭਾਵ ਨਕਸ਼ਾ ਬਣਾਉਣ ਦੀ ਸੁਤੰਤਰਤਾ ਨਹੀਂ ਸੀ ਹੁਣ ਵਿਚਾਰ ਕਰੋ 1857 ਤੋਂ ਇਹ ਚੱਲ ਰਿਹਾ ਹੈ ਨਕਸ਼ਾ ਬਣਾਉਣਾ ਹੈ ਤਾਂ ਸਰਕਾਰ ਨੂੰ ਪੁੱਛੋ ਨਕਸ਼ਾ ਕਿਸੇ ਕਿਤਾਬ ਵਿੱਚ ਛਾਪਣਾ ਹੈ ਤਾਂ ਸਰਕਾਰ ਨੂੰ ਪੁੱਛੋ ਨਕਸ਼ਾ ਗਵਾਚ ਜਾਣ ਤੇ ਗ੍ਰਿਫਤਾਰੀ ਦਾ ਵੀ ਉਸ ਵਿੱਚ ਪ੍ਰਬੰਧ ਹੈ ਅੱਜ ਕੱਲ ਹਰ ਫੋਨ ਵਿੱਚ ਮੈਪ ਦਾ ਐਪ ਹੈ ਸੈਟੇਲਾਈਟ ਦੀ ਐਨੀ ਤਾਕਤ ਹੈ ਕਿ ਫਿਰ ਅਜਿਹੇ ਕਾਨੂੰਨਾਂ ਦਾ ਭਾਰ ਸਿਰ ਤੇ ਲੈ ਕੇ ਦੇਸ਼ ਨੂੰ ਅੱਗੇ ਕਿਵੇਂ ਵਧਾਵਾਂਗੇ ਆਪਾਂ ਕੰਪਲਾਈਅੰਸਸ ਦਾ ਇਹ ਪਾਰ ਉਤਰਨਾ ਬਹੁਤ ਜ਼ਰੂਰੀ ਹੈ ਮੈਪਿੰਗ ਦੀ ਗੱਲ ਹੋਵੇ ਪੁਲਾੜ ਦੀ ਗੱਲ ਹੋਵੇ ਸੂਚਨਾ ਤਕਨੀਕ ਦੀ ਗੱਲ ਹੋਵੇ ਬੀਪੀਓ ਦੀ ਗੱਲ ਹੋਵੇ ਅਜਿਹੇ ਅਨੇਕ ਸੈਕਟਰਾਂ ਵਿੱਚ ਬਹੁਤ ਸਾਰੇ ਰੈਗੂਲੇਸ਼ਨਸ ਨੂੰ ਅਸੀਂ ਖਤਮ ਕਰ ਦਿੱਤਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਬਿਨਾਂ ਵਜ੍ਹਾ ਕਾਨੂੰਨਾਂ ਦੀ ਜਕੜ ਤੋਂ ਮੁਕਤੀ ease of living ਨਾਲੋਂ ਨਾਲ नाड, ease of doing business ਦੋਨਾਂ ਦੇ ਲਈ ਬਹੁਤ ਹੀ ਜ਼ਰੂਰੀ ਹੈ ਸਾਡੇ ਦੇਸ਼ ਦੇ ਉਦਯੋਗ ਅਤੇ ਵਪਾਰ ਅੱਜ ਇਸ ਬਦਲਾਅ ਨੂੰ ਮਹਿਸੂਸ ਕਰ ਰਹੇ ਨੇ ਅੱਜ ਦਰਜਨਾ ਕਿਰਤ ਕਾਨੂੰਨ ਸਿਰਫ 4 ਕੋਡ ਵਿੱਚ ਸਮਾ ਚੁੱਕੇ ਹਨ ਟੈਕਸ ਨਾਲ ਜੁੜੀਆਂ ਵਿਵਸਥਾਵਾਂ ਨੂੰ ਵੀ ਹੁਣ ਆਸਾਨ ਅਤੇ ਸੁਖਾਲਾ ਕੀਤਾ ਗਿਆ ਹੈ ਇਸ ਤਰ੍ਹਾਂ ਦੀ ਰਿਫਾਰਮ ਸਿਰਫ ਸਰਕਾਰ ਤੱਕ ਸੀਮਿਤ ਨਾ ਰਹਿਣ ਸਗੋਂ ಗ್ರಾಮ ਪੰਚਾਇਤ ਅਤੇ ਨਗਰ ਨਿਗਮਾਂ ਨਗਰ ਪਾਲਿਕਾਵਾਂ ਤੱਕ ਪਹੁੰਚਣ ਇਸ ਉੱਤੇ ਦੇਸ਼ ਦੀ ਹਰ ਵਿਵਸਥਾ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਮੈਂ ਇਹ ਸੱਦਾ ਦਿੰਦਾ ਹਾਂ ਅਤੇ ਬਹੁਤ ਨਿਮਰਤਾ ਨਾਲ ਕਰ ਰਿਹਾ ਹਾਂ ਕੇਂਦਰ ਹੋਵੇ ਜਾਂ ਰਾਜ ਹੋਣ ਸਾਰਿਆਂ ਵਿਭਾਗਾਂ ਨੂੰ ਮੈਂ ਕਹਿ ਰਿਹਾ ਹਾਂ ਸਾਰੇ ਸਰਕਾਰੀ ਦਫ਼ਤਰਾਂ ਨੂੰ ਕਹਿ ਰਿਹਾ ਹਾਂ ਆਪਣੇ ਇਥੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਦਾ ਅਭਿਆਨ ਚਲਾਓ ਹਰ ਉਹ ਨਿਯਮ ਹਰ ਉਹ ਪ੍ਰਕਿਰਿਆ ਜੋ ਦੇਸ਼ ਦੇ ਲੋਕਾਂ ਦੇ ਸਾਹਮਣੇ ਰੁਕਾਵਟ ਬਣ ਕੇ ਭਾਰ ਬਣ ਕੇ ਖੜੀ ਹੋਈ ਹੈ ਉਸ ਨੂੰ ਆਪਾਂ ਦੂਰ ਕਰਨਾ ਹੀ ਹੋਵੇਗਾ ਮੈਨੂੰ ਪਤਾ ਹੈ ਜੋ 70 75 ਸਾਲਾਂ ਵਿੱਚ ਜਮ੍ਹਾਂ ਹੋਇਆ ਹੈ ਉਹ ਇੱਕ ਦਿਨ ਵਿੱਚ ਜਾਂ ਇੱਕ ਸਾਲ ਵਿੱਚ ਨਹੀਂ ਜਾਏਗਾ ਪਰ ਮਨ ਬਣਾ ਕੇ ਕੰਮ ਸ਼ੁਰੂ ਕਰਾਂਗੇ ਤਾਂ ਆਪਾਂ ਅਜਿਹਾ ਜ਼ਰੂਰ ਕਰ ਸਕਾਂਗੇ ਮੇਰੇ ਪਿਆਰੇ ਦੇਸ਼ਵਾਸੀਓ ਇਸੇ ਸੋਚ ਦੇ ਨਾਲ ਸਰਕਾਰ ਨੇ ਅਫਸਰ ਸ਼ਾਹੀ ਵਿੱਚ ਲੋਕ ਪੱਖੀ ਸੋਚ ਵਧਾਉਣ ਸਮਰੱਥਾ ਵਧਾਉਣ ਲਈ ਸਰਕਾਰ ਨੇ ਮਿਸ਼ਨ ਕਰਮਯੋਗੀ ਅਤੇ ਕਪੈਸਿਟੀ ਬਿਲਡਿੰਗ ਕਮਿਸ਼ਨ ਦੀ ਸ਼ੁਰੂਆਤ ਵੀ ਕੀਤੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਕੁਸ਼ਲਤਾ ਅਤੇ ਸਮਰੱਥਾ ਨਾਲ ਭਰੇ ਆਪਣੀ ਮਿੱਟੀ ਦੇ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਨਾਲ ਭਰੇ ਨੌਜਵਾਨਾਂ ਨੂੰ ਤਿਆਰ ਕਰਨ ਵਿੱਚ ਵੱਡੀ ਭੂਮਿਕਾ ਹੁੰਦੀ ਹੈ। ਕਿਸ ਦੀ ਹੁੰਦੀ ਹੈ? ਵੱਡੀ ਭੂਮਿਕਾ ਹੁੰਦੀ ਹੈ। ਸਾਡੀ ਸਿੱਖਿਆ ਦੀ ਸਾਡੀ ਸਿੱਖਿਆ ਵਿਵਸਥਾ ਦੀ ਸਾਡੀ ਸਿੱਖਿਆ ਰਵਾਇਤ ਦੀ ਅੱਜ ਦੇਸ਼ ਕੋਲ 21ਵੀਂ ਸਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੀ ਨਮੀ ਕੌਮੀ ਸਿੱਖਿਆ ਨੀਤੀ ਵੀ ਹੈ ਹੁਣ ਸਾਡੇ ਬੱਚੇ ਨਾ ਕੁਸ਼ਲਤਾ ਦੀ ਘਾਟ ਕਰਕੇ ਰੁਕਣਗੇ ਅਤੇ ਨਾ ਹੀ ਭਾਸ਼ਾ ਦੀ ਸੀਮਾ ਵਿੱਚ ਵੱਜਣਗੇ ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਭਾਸ਼ਾਵਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਵੰਡ ਪੈਦਾ ਹੋ ਗਈ ਹੈ ਭਾਸ਼ਾ ਕਰਕੇ ਅਸੀਂ ਦੇਸ਼ ਦੇ ਬਹੁਤ ਵੱਡੇ ਟੈਲੈਂਟ ਨੂੰ ਪਿੰਜਰੇ ਵਿੱਚ ਬੰਨ ਦਿੱਤਾ ਹੈ ਮਾਤ ਭਾਸ਼ਾ ਵਿੱਚ ਹੋਣ ਹਾਰ ਲੋਕ ਮਿਲ ਸਕਦੇ ਹਨ ਮਾਤ ਭਾਸ਼ਾ ਵਿੱਚ ਪੜੇ ਹੋਏ ਲੋਕ ਅੱਗੇ ਆਉਣਗੇ ਤਾਂ ਉਹਨਾਂ ਦਾ ਆਤਮ ਵਿਸ਼ਵਾਸ ਹੋਰ ਵਧੇਗਾ ਜਦੋਂ ਗਰੀਬ ਦੀ ਧੀ ਗਰੀਬ ਦਾ ਪੁੱਤ ਮਾਤ ਭਾਸ਼ਾ ਵਿੱਚ ਪੜ ਕੇ ਪ੍ਰੋਫੈਸ਼ਨਲ ਬਣੇਗਾ ਤਾਂ ਉਹਨਾਂ ਦੀ ਸਮਰੱਥਾ ਦੇ ਨਾਲ ਇਨਸਾਫ ਹੋਵੇਗਾ ਨਵੀਂ ਕੌਮੀ ਸਿੱਖਿਆ ਨੀਤੀ ਵਿੱਚ ਗਰੀਬੀ ਦੇ ਖਿਲਾਫ ਲੜਾਈ ਦਾ ਸਾਧਨ ਭਾਸ਼ਾ ਹੈ ਅਜੇ ਹਾਂ ਮੈਂ ਮੰਨਦਾ ਹਾਂ ਇਹ ਨਵੀਂ ਕੌਮੀ ਸਿੱਖਿਆ ਨੀਤੀ ਵੀ ਇੱਕ ਤਰ੍ਹਾਂ ਨਾਲ ਗਰੀਬੀ ਦੇ ਖਿਲਾਫ ਲੜਾਈ ਦਾ ਇੱਕ ਬਹੁਤ ਵੱਡਾ ਹਥਿਆਰ ਬਣ ਕੇ ਕੰਮ ਆਉਣ ਵਾਲਾ ਹੈ। ਗਰੀਬੀ ਨਾਲ ਜੰਗ ਜਿੱਤਣ ਦਾ ਆਧਾਰ ਵੀ ਮਾਤ ਭਾਸ਼ਾ ਦੀ ਸਿੱਖਿਆ ਹੈ। ਮਾਤ ਭਾਸ਼ਾ ਦੀ ਪ੍ਰਤਿਸ਼ਠਾ ਹੈ। ਮਾਤ ਭਾਸ਼ਾ ਦਾ ਮਹੱਤਵ ਹੈ। ਦੇਸ਼ ਨੇ ਦੇਖਿਆ ਹੈ ਕਿ ਖੇਡ ਦੇ ਮੈਦਾਨ ਵਿੱਚ ਅਤੇ ਆਪਾਂ ਮਹਿਸੂਸ ਕਰ ਰਹੇ ਹਾਂ ਖੇਡ ਦੇ ਮੈਦਾਨ ਵਿੱਚ ਭਾਸ਼ਾ ਰੁਕਾਵਟ ਨਹੀਂ ਬਣੀ ਅਤੇ ਉਸੇ ਦਾ ਨਤੀਜਾ ਦੇਖਿਆ ਹੈ ਕਿ ਸਾਡੇ ਨੌਜਵਾਨ ਖੇਡਣ ਲੱਗੇ ਹਨ ਖੇਡ ਵੀ ਰਹੇ ਹਨ ਖੇਡ ਵੀ ਰਹੇ ਹਨ ਹੁਣ ਅਜੇ ਹਾਹੀ ਜੀਵਨ ਦੇ ਬਾਕੀ ਮੈਦਾਨਾਂ ਵਿੱਚ ਵੀ ਹੋਵੇਗਾ ਨਮੀ ਕੌਮੀ ਸਿੱਖਿਆ ਨੀਤੀ ਉਸ ਦੀ ਇੱਕ ਹੋਰ ਖਾਸ ਗੱਲ ਹੈ ਇਸ ਵਿੱਚ ਸਪੋਰਟਸ ਨੂੰ ਐਕਸਟਰਾ ਕਰਿਕੂਲਰ ਦੀ ਥਾਂ 메ਨ ਸਟਰੀਮ ਪੜ੍ਹਾਈ ਦਾ ਹਿੱਸਾ ਬਣਾਇਆ ਗਿਆ ਹੈ। ਜੀਵਨ ਨੂੰ ਅੱਗੇ ਵਧਾਉਣ ਵਿੱਚ ਜੋ ਵੀ ਪ੍ਰਭਾਵਸ਼ਾਲੀ ਮਾਧਿਅਮ ਹਨ ਉਹਨਾਂ ਵਿੱਚੋਂ ਇੱਕ ਸਪੋਰਟਸ ਵੀ ਹੈ। ਜੀਵਨ ਵਿੱਚ ਸੰਪੂਰਨਤਾ ਲਈ ਜੀਵਨ ਵਿੱਚ ਖੇਡਾਂ ਦਾ ਹੋਣਾ ਸਪੋਰਟਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਮਾਂ ਸੀ ਜਦੋਂ ਖੇਡਾਂ ਨੂੰ ਮੁੱਖ ਧਾਰਾ ਨਹੀਂ ਸਮਝਿਆ ਜਾਂਦਾ ਸੀ ਮਾਪੇ ਵੀ ਬੱਚਿਆਂ ਨੂੰ ਕਹਿੰਦੇ ਸਨ ਕਿ ਖੇਡਦੇ ਹੀ ਰਹੋਗੇ ਤਾਂ ਜ਼ਿੰਦਗੀ ਬਰਬਾਦ ਕਰ ਲੋਗੇ ਹੁਣ ਦੇਸ਼ ਵਿੱਚ ਫਿਟਨੈਸ ਨੂੰ ਲੈ ਕੇ ਖੇਡਾਂ ਨੂੰ ਲੈ ਕੇ ਇੱਕ ਜਾਗਰੂਕਤਾ ਆਈ ਹੈ ਇਸ ਵਾਰ 올림픽 ਵਿੱਚ ਵੀ ਆਪਾਂ ਵੇਖਿਆ ਹੈ ਆਪਾਂ ਮਹਿਸੂਸ ਕੀਤਾ ਹੈ ਇਹ ਬਦਲਾਅ ਸਾਡੇ ਦੇਸ਼ ਦੇ ਲਈ ਇੱਕ ਬਹੁਤ ਵੱਡਾ ਮੋੜ ਹੈ ਇਸ ਲਈ ਅੱਜ ਦੇਸ਼ ਵਿੱਚ ਖੇਡਾਂ ਵਿੱਚ ਟੈਲੈਂਟ ਟੈਕਨੋਲੋਜੀ ਅਤੇ ਪ੍ਰੋਫੈਸ਼ਨਲਿਜ਼ਮ ਲਿਆਉਣ ਲਈ ਜੋ ਅਭਿਆਨ ਚੱਲ ਰਿਹਾ ਹੈ ਇਸ ਦਹਾਕੇ ਵਿੱਚ ਆਪਾਂ ਉਸ ਨੂੰ ਹੋਰ ਤੇਜ਼ ਕਰਨਾ ਹੈ ਹੋਰ ਵਿਆਪਕ ਕਰਨਾ ਹੈ ਇਹ ਦੇਸ਼ ਲਈ ਮਾਣ ਦੀ ਗੱਲ ਹੈ ਕਿ ਸਿੱਖਿਆ ਹੋਵੇ ਜਾਂ ਖੇਡ ਸਪੋਰਟਸ ਦੇ ਨਤੀਜੇ ਹੋਣ ਜਾਂ 올림픽 ਦਾ ਮੈਦਾਨ ਸਾਡੀਆਂ ਧੀਆਂ ਅੱਜ ਬੇਮਿਸਾਲ ਪ੍ਰਦਰਸ਼ਨ ਕਰ ਰਹੀਆਂ ਨੇ ਅੱਜ ਭਾਰਤ ਦੀਆਂ ਧੀਆਂ ਆਪਣੀ ਥਾਂ ਲੈਣ ਲਈ ਉਤਸਕ ਹਨ ਆਪਾਂ ਇਹ ਪੱਕਾ ਕਰਨਾ ਹੈ ਕਿ ਹਰ ਕੈਰੀਅਰ ਹਾਤੇ ਕਾਰਜ ਖੇਤਰ ਵਿੱਚ ਮਹਿਲਾਵਾਂ ਦੀ ਬਰਾਬਰ ਭਾਗੀਦਾਰੀ ਹੋਵੇ ਆਪਾਂ ਇਹ ਸੁਨਿਸ਼ਚਿਤ ਕਰਨਾ ਹੈ ਕਿ ਸੜਕ ਤੋਂ ਲੈ ਕੇ ਵਰਕਪਲੇਸ ਤੱਕ ਹਰ ਜਗਾ ਉਤੇ ਔਰਤਾਂ ਵਿੱਚ ਸੁਰੱਖਿਆ ਦਾ ਅਹਿਸਾਸ ਹੋਵੇ ਸਨਮਾਨ ਦਾ ਭਾਵ ਹੋਵੇ ਇਸ ਦੇ ਲਈ ਦੇਸ਼ ਦੇ ਸ਼ਾਸਨ ਪ੍ਰਸ਼ਾਸਨ ਨੂੰ ਪੁਲਿਸ ਅਤੇ ਕਾਨੂੰਨ ਵਿਵਸਥਾ ਨੂੰ ਨਾਗਰਿਕਾਂ ਨੂੰ ਆਪਣੀ 100% ਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਸ ਸੰਕਲਪ ਨੂੰ ਆਪਾਂ ਆਜ਼ਾਦੀ ਦੇ 75 ਸਾਲ ਦਾ ਸੰਕਲਪ ਬਣਾਉਣਾ ਹੈ। ਅੱਜ ਮੈਂ ਇਹ ਖੁਸ਼ੀ ਦੇਸ਼ ਵਾਸੀਆਂ ਨਾਲ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਖਾਂ ਬੇਟੀਆਂ ਦੇ ਸੁਨੇਹੇ ਮਿਲਦੇ ਸਨ ਕਿ ਉਹ ਵੀ ਸੈਨਿਕ ਸਕੂਲ ਵਿੱਚ ਪੜ੍ਹਨਾ ਚਾਹੁੰਦੀਆਂ ਹਨ ਉਹਨਾਂ ਦੇ ਲਈ ਵੀ ਸੈਨਿਕ ਸਕੂਲਾਂ ਦੇ ਦਰਵਾਜ਼ੇ ਖੋਲੇ ਜਾਣ 2.5 ਸਾਲ ਪਹਿਲਾਂ ਮਿਜ਼ੋਰਮ ਦੇ ਸੈਨਿਕ ਸਕੂਲ ਵਿੱਚ ਪਹਿਲੀ ਵਾਰ ਬੇਟੀਆਂ ਨੂੰ ਦਾਖਲ ਹੋਣ ਦਾ ਅਸੀਂ ਇੱਕ ਛੋਟਾ ਜਿਹਾ ਪ੍ਰਯੋਗ ਆਰੰਭ ਕੀਤਾ ਸੀ ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਨੂੰ ਦੇਸ਼ ਦੀਆਂ ਬੇਟੀਆਂ ਲਈ ਵੀ ਖੋਲ ਦਿੱਤਾ ਜਾਵੇਗਾ। ਦੇਸ਼ ਦੇ ਸਾਰੇ ਸੈਨਿਕ ਸਕੂਲਾਂ ਵਿੱਚ ਹੁਣ ਬੇਟੀਆਂ ਵੀ ਪੜਨਗੀਆਂ। ਦੁਨੀਆਂ ਵਿੱਚ ਨੈਸ਼ਨਲ ਸਿਕਿਉਰਿਟੀ ਦਾ ਜਿੰਨਾ ਮਹੱਤਵ ਹੈ ਉਹ ਉਹੋ ਜਿਹਾ ਹੀ ਮਹੱਤਵ এনवायरमेंट ਸਿਕਿਉਰਿਟੀ ਨੂੰ ਦਿੱਤਾ ਜਾਣ ਲੱਗਿਆ ਹੈ। ਭਾਰਤ ਅੱਜ एनवायरमेंटल सिक्योरिटी की एक बुलंद आवाज है बायोडायवर्सिटी होवे, हो लैंड न्यूट्रैलिटी क्लाइमेट चेंज हो वे जा वेस्ट रीसाइकलिंग ऑर्गेनिक फार्मिंग हो वे जा वेस्ट रीसाइकलिंग ऑर्गेनिक वे। फार्मिंग हो वे जा ਗੋਵਰਦਨ ਤੋਂ ਬਾਇਓ ਗੈਸ ਹੋਵੇ એનર્ਜੀ ਕਨਜ਼ਰਵੇਸ਼ਨ ਹੋਵੇ ਜਾਂ ਕਲੀਨ એનર્ਜੀ ਟਰਾਂਜੀਸ਼ਨ ਵਾਤਾਵਰਣ ਦੀ ਦਿਸ਼ਾ ਵਿੱਚ ਭਾਰਤ ਦੀਆਂ ਕੋਸ਼ਿਸ਼ਾਂ ਅੱਜ ਨਤੀਜੇ ਦੇ ਰਹੀਆਂ ਹਨ ਭਾਰਤ ਨੇ ਜੰਗਲੀ ਖੇਤਰ ਨੂੰ ਜਾਂ ਫਿਰ ਨੈਸ਼ਨਲ ਪਾਰਕਾਂ ਦੀ ਗਿਣਤੀ ਬਾਗਾਂ ਦੀ ਗਿਣਤੀ ਅਤੇ ਏਸ਼ੀਆਟਿਕ ਲਾਇਨ ਸਭ ਵਿੱਚ ਵਾਦਾ ਹਰ ਦੇਸ਼ ਵਾਸੀ ਲਈ ਖੁਸ਼ੀ ਦੀ ਗੱਲ ਹੈ ਮੇਰੇ ਪਿਆਰੇ ਦੇਸ਼ ਵਾਸੀਓ ਭਾਰਤ ਦੀਆਂ ਇਹਨਾਂ ਸਫਲਤਾਵਾਂ ਦੇ ਦਰਮਿਆਨ ਇੱਕ ਹੋਰ ਸੱਚ ਨੂੰ ਵੀ ਸਾਨੂੰ ਸਮਝਣਾ ਹੋਵੇਗਾ ਭਾਰਤ ਅੱਜ એનર્ਜੀ ਇੰਡੀਪੈਂਡੈਂਟ ਨਹੀਂ ਹੈ ਭਾਰਤ ਅੱਜ એનર્ਜੀ ਇمپੋਰਟ ਲਈ ਸਾਲਾਨਾ 12 ਲੱਖ ਕਰੋੜ ਰੁਪਏ ਤੋਂ ਵੀ ਵੱਧ ਖਰਚ ਕਰਦਾ ਹੈ। ਭਾਰਤ ਦੀ ਤਰੱਕੀ ਦੇ ਲਈ ਆਤਮ ਨਿਰਪਰ ਭਾਰਤ ਬਣਾਉਣ ਲਈ ਭਾਰਤ ਦਾ એનર્ਜੀ ਇੰਡੀਪੈਂਡੈਂਟ ਹੋਣਾ ਸਮੇਂ ਦੀ ਮੰਗ ਹੈ, ਲਾਜ਼ਮੀ ਹੈ। ਇਸ ਲਈ ਅੱਜ ਭਾਰਤ ਨੂੰ ਇਹ ਸੰਕਲਪ ਲੈਣਾ ਹੋਵੇਗਾ ਕਿ ਅਸੀਂ आजादी ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਭਾਰਤ ਨੂੰ એનર્ਜੀ ਇੰਡੀਪੈਂਡੈਂਟ ਬਣਾਵਾਂਗੇ। ਅਤੇ ਇਸ ਦੇ ਲਈ ਸਾਡਾ ਰੋਡ ਮੈਪ ਬਹੁਤ ਸਪਸ਼ਟ ਹੈ। ਗੈਸ ਬੇਸਡ ਇਕਨੋਮੀ ਹੋਵੇ। ਦੇਸ਼ ਭਰ ਵਿੱਚ ਸੀएनजी ਪੀएनजी ਦਾ ਨੈਟਵਰਕ ਹੋਵੇ। 20 ਫੀਸਦ ਇਥਨੋਲ ਬਲੈਂਡਿੰਗ ਦਾ ਨਿਸ਼ਾਨਾ ਹੋਵੇ ਭਾਰਤ ਇੱਕ ਤਰ ਤੀਜੇ ਦੇ ਨਾਲ ਅੱਗੇ ਵਧ ਰਿਹਾ ਹੈ ਭਾਰਤ ਨੇ ਇਲੈਕਟ੍ਰਿਕ ਮੋਬਿਲਟੀ ਦੇ ਵੱਲ ਵੀ ਕਦਮ ਵਧਾਇਆ ਹੈ ਆਤੇ ਰੇਲਵੇ ਦੇ 100 ਫੀਸਦ ਇਲੈਕਟ੍ਰੀਫਿਕੇਸ਼ਨ ਉੱਤੇ ਵੀ ਕੰਮ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਭਾਰਤੀ ਰੇਲਵੇ ਨੇ 2030 2030 ਤੱਕ net zero carbon emitter ਬਣਨ ਦਾ ਟੀਚਾ ਰੱਖਿਆ ਹੈ ਇਹਨਾਂ ਸਾਰੇ ਉਪਰਾਲਿਆਂ ਦੇ ਨਾਲ ਹੀ ਦੇਸ਼ ਮਿਸ਼ਨ ਸਰਕੂਲਰ ਇਕਨੋਮੀ ਮਿਸ਼ਨ ਸਰਕੂਲਰ ਇਕਨੋਮੀ ਉੱਤੇ ਵੀ ਜ਼ੋਰ ਦੇ ਰਿਹਾ ਹੈ ਸਾਡੀ ਵਹੀਕਲ ਸਕ੍ਰੈਪ ਪਾਲਿਸੀ ਇਸ ਦਾ ਇੱਕ ਵੱਡਾ ਉਦਾਹਰਣ ਹੈ ਅੱਜ ਜੀ 20 ਵਿੱਚ ਜੀ 20 ਦੇਸ਼ਾਂ ਦਾ ਜੋ ਸਮੂਹ ਹੈ ਉਸ ਵਿੱਚ ਭਾਰਤ ਇੱਕੋ ਮਾਤਰਾ ਅਜਿਹਾ ਦੇਸ਼ ਹੈ ਜੋ ਆਪਣੇ ਕਲਾਈਮੇਟ ਗੋਲਸ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਭਾਰਤ ਨੇ ਇਸ ਦਹਾਕੇ ਦੇ ਅੰਤ ਤੱਕ ਰੀਨਿਊਏਬਲ એનર્ਜੀ ਦੇ 450 ਗੀਗਾਵਾਟ ਦਾ ਟੀਚਾ ਤੈਅ ਕੀਤਾ ਹੈ 2030 ਤੱਕ 450 ਗੀਗਾਵਾਟ ਇਸ ਵਿੱਚੋਂ 100 ਗੀਗਾਵਾਟ ਦੇ ਟੀਚੇ ਨੂੰ ਭਾਰਤ ਨੇ ਤੈਅ ਸਮੇਂ ਤੋਂ ਪਹਿਲਾਂ ਹਾਸਲ ਕਰ ਲਿਆ ਹੈ ਸਾਡੀ ਇਹ ਕੋਸ਼ਿਸ਼ ਦੁਨੀਆ ਨੂੰ ਵੀ ਇੱਕ ਭਰੋਸਾ ਦੇ ਰਹੇ ਹਨ ਗਲੋਬਲ ਸਟੇਟ ਉਤੇ ਇੰਟਰਨੈਸ਼ਨਲ ਸੋਲਰ ਅਲਾਈਅንስ ਦਾ ਗਠਨ ਇਸ ਦਾ ਵੱਡਾ ਉਦਾਹਰਣ ਹੈ। ਭਾਰਤ ਅੱਜ ਜੋ ਵੀ ਕਾਰਜ ਕਰ ਰਿਹਾ ਹੈ ਉਸ ਵਿੱਚ ਸਭ ਤੋਂ ਵੱਡਾ ਟੀਚਾ ਹੈ ਜੋ ਭਾਰਤ ਨੂੰ ਕਲਾਈਮੇਟ ਦੇ ਖੇਤਰ ਵਿੱਚ ਕੁਆਂਟਮ ਜੰਪ ਦੇਣ ਵਾਲਾ ਹੈ। ਕਲਾਈਮੇਟ ਦੇ ਖੇਤਰ ਵਿੱਚ ਕੁਆਂਟਮ ਜੰਪ ਦੇਣ ਵਾਲਾ ਹੈ ਉਹ ਹੈ ਗ੍ਰੀਨ ਹਾਈਡਰੋਜਨ ਦਾ ਖੇਤਰ। ग्रीन हाइड्रोजन ਦੇ ਖੇਤਰ ਦੇ ਟੀਚੇ ਦੀ ਪ੍ਰਾਪਤੀ ਲਈ ਮੈਂ ਅੱਜ ਇਸ ਤਿਰੰਗੇ ਦੀ ਗਵਾਹੀ ਵਿੱਚ ਨੈਸ਼ਨਲ ਹਾਈਡਰੋਜਨ ਮਿਸ਼ਨ ਦਾ ਐਲਾਨ ਕਰ ਰਿਹਾ ਹਾਂ। ਆਮ੍ਰਿਤਕਾਲ ਵਿੱਚ ਆਪਾਂ ਭਾਰਤ ਨੂੰ ਗ੍ਰੀਨ ਹਾਈਡਰੋਜਨ ਦੇ ਪ੍ਰੋਡਕਸ਼ਨ ਅਤੇ ਐਕਸਪੋਰਟ ਦਾ ਗਲੋਬਲ ਹੱਬ ਬਣਾਉਣਾ ਹੈ। ਇਹ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਇੱਕ ਨਵੀਂ ਤਰੱਕੀ ਨੂੰ ਉਸ ਨੂੰ ਆਤਮ ਨਿਰਪਰ ਬਣਾਏਗਾ ਅਤੇ ਪੂਰੇ ਸੰਸਾਰ ਵਿੱਚ ਕਲੀਨ એનર્ਜੀ ਟਰਾਂਜੀਸ਼ਨ ਦੀ ਨਵੀਂ ਪ੍ਰੇਰਣਾ ਵੀ ਬਣੇਗਾ ਗ੍ਰੀਨ ਗ੍ਰੋਥ ਨਾਲ ਗ੍ਰੀਨ ਜੋਬ ਦੇ ਨਵੇਂ-ਨਵੇਂ ਮੌਕੇ ਸਾਡੇ ਨੌਜਵਾਨਾਂ ਲਈ ਸਾਡੇ ਸਟਾਰਟਅੱਪਸ ਲਈ ਅੱਜ ਦਸਤਕ ਦੇ ਰਹੇ ਹਨ ਮੇਰੇ ਪਿਆਰੇ ਦੇਸ਼ਵਾਸੀਓ 21ਵੀਂ ਸਦੀ ਦਾ ਅਜੋਕਾ ਭਾਰਤ ਵੱਡੇ ਟੀਚੇ ਕੜਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਰੱਖਦਾ ਹੈ। ਅੱਜ ਭਾਰਤ ਉਹਨਾਂ ਵਿਸ਼ਿਆਂ ਨੂੰ ਵੀ ਹੱਲ ਕਰ ਰਿਹਾ ਹੈ ਜਿਨ੍ਹਾਂ ਨੂੰ ਸੁਲਝਾਉਣ ਲਈ ਦਹਾਕਿਆਂ ਤੋਂ ਸਦੀਆਂ ਤੋਂ ਇੰਤਜ਼ਾਰ ਸੀ। ਆਰਟੀਕਲ 370 ਨੂੰ ਬਦਲਣ ਦਾ ਇਤਿਹਾਸਕ ਫੈਸਲਾ ਹੋਵੇ। ਦੇਸ਼ ਨੂੰ ਟੈਕਸ ਦੇ ਜਾਲ ਤੋਂ ਮੁਕਤੀ ਦਿਵਾਉਣ ਵਾਲੀ ਵਿਵਸਥਾ ਜੀਐਸਟੀ ਹੋਵੇ ਸਾਡੇ ਫੌਜੀ ਸਾਥੀਆਂ ਲਈ ਵਨ ਰੈਂਕ ਵਨ ਪੈਨਸ਼ਨ ਦਾ ਫੈਸਲਾ ਹੋਵੇ RAM ਜਨਮ ਭੂਮੀ ਦੇਸ਼ ਦਾ ਸ਼ਾਂਤੀਪੂਰਨ ਹੱਲ ਇਹ ਸਭ ਅਸੀਂ ਗੁਜ਼ਰੇ ਕੁਝ ਸਾਲਾਂ ਵਿੱਚ ਸੱਚ ਹੁੰਦੇ ਵੇਖਿਆ ਹੈ ਤ੍ਰਿਪੁਰਾ ਵਿੱਚ ਦਹਾਕਿਆਂ ਬਾਅਦ ਬਰੂ ਰਿਆਗ ਸਮਝੌਤਾ ਹੋਣਾ ਹੋਵੇ OBC ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਹੋਵੇ ਜਾਂ ਫਿਰ ਜੰਮੂ ਕਸ਼ਮੀਰ ਵਿੱਚ आजादी ਦੇ ਬਾਅਦ ਪਹਿਲੀ ਵਾਰ ਬੀ ਡੀ ਸੀ ਅਤੇ ਡੀ ਡੀ ਸੀ ਚੋਣ ਭਾਰਤ ਦੀ ਸੰਕਲਪ ਸ਼ਕਤੀ ਲਗਾਤਾਰ ਸਿੱਧ ਕਰ ਰਿਹਾ ਹੈ ਅੱਜ ਕੋਰੋਨਾ ਦੇ ਇਸ ਦੌਰ ਵਿੱਚ ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਆ ਰਿਹਾ ਹੈ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਹੈ ਸਰਜਿਕਲ ਸਟ੍ਰਾਈਕ ਅਤੇ 에어 ਸਟ੍ਰਾਈਕ ਕਰਕੇ ਭਾਰਤ ਨੇ ਦੇਸ਼ ਦੇ ਦੁਸ਼ਮਣਾਂ ਨੂੰ ਨਵੇਂ ਭਾਰਤ ਦੀ ਸਮਰੱਥਾ ਦਾ ਸੁਨੇਹਾ ਵੀ ਦੇ ਦਿੱਤਾ ਹੈ ਇਹ ਦੱਸਦਾ ਹੈ ਕਿ ਭਾਰਤ ਬਦਲ ਰਿਹਾ ਹੈ ਭਾਰਤ ਬਦਲ ਸਕਦਾ ਹੈ ਭਾਰਤ ਔਖੇ ਤੋਂ ਔਖੇ ਫੈਸਲੇ ਵੀ ਲੈ ਸਕਦਾ ਹੈ ਅਤੇ ਸਖਤ ਤੋਂ ਸਖਤ ਫੈਸਲੇ ਲੈਣ ਵਿੱਚ ਵੀ ਭਾਰਤ ਝਿਜਕਦਾ ਨਹੀਂ ਹੈ ਰੁਕਦਾ ਨਹੀਂ ਹੈ ਮੇਰੇ ਪਿਆਰੇ ਦੇਸ਼ ਵਾਸੀਓ ਸੈਕੰਡ ਵਰਲਡ ਵਾਰ ਦੇ ਬਾਅਦ ਦੂਜੀ ਸੰਸਾਰ ਜੰਗ ਦੇ ਬਾਅਦ ਸੰਸਾਰਕ ਸਬੰਧਾਂ ਦਾ ਸਰੂਪ ਬਦਲ ਗਿਆ ਹੈ ਕੋਰੋਨਾ ਦੇ ਬਾਅਦ ਵੀ ਪੋਸਟ ਕੋਰੋਨਾ ਨਵੇਂ ਵਰਲਡ ਆਰਡਰ ਦੀ ਸੰਭਾਵਨਾ ਹੈ ਕੋਰੋਨਾ ਦੇ ਦੌਰਾਨ ਦੁਨੀਆ ਨੇ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਵੇਖਿਆ ਵੀ ਹੈ ਅਤੇ ਸਲਾਹਾ ਵੀ ਹੈ ਅੱਜ ਦੁਨੀਆ ਭਾਰਤ ਨੂੰ ਇੱਕ ਨਵੀਂ ਨਜ਼ਰ ਨਾਲ ਵੇਖ ਰਹੀ ਹੈ ਇਸ ਨਜ਼ਰ ਦੇ ਦੋ ਮਹੱਤਵਪੂਰਨ ਪਹਿਲੂ ਹਨ ਇੱਕ ਆਤਵਾਦ ਤੇ ਦੂਜਾ ਵਿਸਥਾਰਵਾਦ ਭਾਰਤ ਇਹਨਾਂ ਦੋਨਾਂ ਹੀ ਚੁਣੌਤੀਆਂ ਨਾਲ ਲੜ ਰਿਹਾ ਹੈ ਅਤੇ ਸਦੇ ਹੋਏ ਤਰੀਕੇ ਨਾਲ ਬੜੀ ਹਿੰਮਤ ਦੇ ਨਾਲ ਜਵਾਬ ਵੀ ਦੇ ਰਿਹਾ ਹੈ ਅਸੀਂ ਭਾਰਤ ਆਪਣੇ ਫਰਜ਼ਾਂ ਨੂੰ ਠੀਕ ਤਰੀਕੇ ਨਾਲ ਨਿਭਾ ਸਕੇ ਇਸ ਦੇ ਲਈ ਸਾਡੀਆਂ ਸੁਰੱਖਿਆ ਤਿਆਰੀਆਂ ਨੂੰ ਵੀ ਉਨਾ ਹੀ ਮਜ਼ਬੂਤ ਰਹਿਣਾ ਹੋਵੇਗਾ ਸੁਰੱਖਿਆ ਦੇ ਖੇਤਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਭਾਰਤੀਆਂ ਭਾਰਤ ਦੀਆਂ ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਸਾਡੇ ਮਿਹਨਤੀ ਉਦਮੀਆਂ ਨੂੰ ਨਵੇਂ ਮੌਕੇ ਉਪਲਬਧ ਕਰਵਾਉਣ ਲਈ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਮੈਂ ਦੇਸ਼ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੇਸ਼ ਦੀ ਸੁਰੱਖਿਆ ਵਿੱਚ ਲੱਗੀਆਂ ਸਾਡੀਆਂ ਸੈਨਾਵਾਂ ਦੇ ਹੱਥ ਮਜ਼ਬੂਤ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਮੇਰੇ ਪਿਆਰੇ ਦੇਸ਼ਵਾਸੀਓ ਅੱਜ ਦੇਸ਼ ਦੇ ਮਹਾਨ ਵਿਚਾਰਕ ਸ਼੍ਰੀ ਅਰਵਿੰਦੋ ਦੀ ਜਨਮ ਦਿਨਤੀ ਵੀ ਹੈ। ਸਾਲ 2022 ਵਿੱਚ ਉਹਨਾਂ ਦਾ 150ਵਾਂ ਜਨਮ ਦਿਨਤੀ ਪर्व ਹੈ। ਸ਼੍ਰੀ ਅਰਵਿੰਦੋ ਭਾਰਤ ਦੇ ਰੋਸ਼ਨ ਭਵਿੱਖ ਦਾ ਸੁਪਨਾ ਦੇਖਣ ਵਾਲੇ ਸਨ। ਉਹ ਕਹਿੰਦੇ ਸਨ ਕਿ ਸਾਨੂੰ ਉਹਨਾਂ ਸਮਰੱਥਾਵਾਂ ਬਣਨਾ ਹੋਵੇਗਾ ਜਿੰਨਾ ਪਹਿਲਾਂ ਅਸੀਂ ਕਦੇ ਨਹੀਂ ਸੀ। ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਹੋਣਗੀਆਂ ਇੱਕ ਨਵੇਂ ਹਿਰਦੇ ਦੇ ਨਾਲ ਆਪਣੇ ਆਪ ਨੂੰ ਫਿਰ ਤੋਂ ਜਾਗਰਿਤ ਕਰਨਾ ਹੋਵੇਗਾ ਸ਼੍ਰੀ ਅਰਵਿੰਦੋ ਦੀਆਂ ਇਹ ਗੱਲਾਂ ਸਾਨੂੰ ਆਪਣੇ ਫਰਜ਼ਾਂ ਦਾ ਧਿਆਨ ਦਿਵਾਉਂਦੀਆਂ ਹਨ ਇੱਕ ਨਾਗਰਿਕ ਦੇ ਤੌਰ ਤੇ ਇੱਕ ਸਮਾਜ ਦੇ ਤੌਰ ਤੇ ਅਸੀਂ ਦੇਸ਼ ਨੂੰ ਕੀ ਦੇ ਰਹੇ ਹਾਂ ਇਹ ਵੀ ਸਾਨੂੰ ਸੋਚਣਾ ਪਵੇਗਾ ਅਸੀਂ ਅਧਿਕਾਰਾਂ ਨੂੰ ਹਮੇਸ਼ਾ ਮਹੱਤਵ ਦਿੱਤਾ ਹੈ ਉਸ ਕਾਲਖੰਡ ਵਿੱਚ ਉਸ ਦੀ ਜ਼ਰੂਰਤ ਵੀ ਰਹੀ ਹੈ ਪਰ ਹੁਣ ਸਾਨੂੰ ਫਰਜ਼ਾਂ ਨੂੰ ਸਭ ਤੋਂ ਉੱਪਰ ਰੱਖਣਾ ਹੈ ਸਭ ਤੋਂ ਉੱਪਰ ਰੱਖਣਾ ਹੈ ਜਿੰਨਾ ਸੰਕਲਪਾਂ ਦਾ ਬੀੜਾ ਅੱਜ ਦੇਸ਼ ਨੇ ਚੁੱਕਿਆ ਹੈ ਉਹਨਾਂ ਨੂੰ ਪੂਰਾ ਕਰਨ ਲਈ ਹਰ ਵਿਅਕਤੀ ਨੂੰ ਜੁੜਨਾ ਹੋਵੇਗਾ ਹਰ ਦੇਸ਼ ਵਾਸੀ ਨੂੰ ਇਸ ਨੂੰ ਓਨ ਕਰਨਾ ਹੋਵੇਗਾ। ਦੇਸ਼ ਨੇ ਜਲ ਸੁਰੱਖਿਆ ਦਾ અભિયાન ਸ਼ੁਰੂ ਕੀਤਾ ਹੈ। ਤਾਂ ਸਾਡਾ ਫਰਜ਼ ਹੈ ਪਾਣੀ ਬਚਾਉਣ ਨੂੰ ਆਪਣੀ ਆਦਤ ਨਾਲ ਜੋੜਨਾ। ਦੇਸ਼ ਜੇਕਰ ਡਿਜੀਟਲ ਲੈਣ ਦੇਣ ਉੱਤੇ ਜ਼ੋਰ ਦੇ ਰਿਹਾ ਹੈ ਤਾਂ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਘੱਟ ਤੋਂ ਘੱਟ ਕੈਸ਼ ਵਾਲਾ ਟਰਾਂਜੈਕਸ਼ਨ ਕਰੀਏ। ਦੇਸ਼ ਨੇ ਵੋਕਲ ਫਾਰ ਲੋਕਲ ਦਾ ਅਭਿਆਨ ਸ਼ੁਰੂ ਕੀਤਾ ਹੈ ਤਾਂ ਸਾਡਾ ਫਰਜ਼ ਹੈ ਕਿ ਵੱਧ ਤੋਂ ਵੱਧ ਸਥਾਨਕ ਉਤਪਾਦਾਂ ਨੂੰ ਖਰੀਦੀਏ ਦੇਸ਼ ਦੇ ਪਲਾਸਟਿਕ ਮੁਕਤ ਭਾਰਤ ਦੀ ਸਾਡੀ ਜੋ ਕਲਪਨਾ ਹੈ ਸਾਡਾ ਫਰਜ਼ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਪੂਰੀ ਤਰ੍ਹਾਂ ਸਾਨੂੰ ਰੋਕਣਾ ਹੋਵੇਗਾ ਇਹ ਸਾਡਾ ਹੀ ਫਰਜ਼ ਹੈ ਕਿ ਅਸੀਂ ਆਪਣੀਆਂ ਨਦੀਆਂ ਵਿੱਚ ਗੰਦਗੀ ਨਾ ਪਾਈਏ ਆਪਣੇ ਸਮੁੰਦਰ ਦੇ ਕਿਨਾਰਿਆਂ ਨੂੰ ਸਵੱਛ ਰੱਖੀਏ ਆਪਾਂ ਸਵੱਛ ਭਾਰਤ ਮਿਸ਼ਨ ਨੂੰ ਵੀ ਇੱਕ ਹੋਰ ਨਵੇਂ ਮੁਕਾਮ ਤੱਕ ਪਹੁੰਚਾਉਣਾ ਹੈ ਅੱਜ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਦੇ ਸੰਬੰਧ ਵਿੱਚ ਆਜ਼ਾਦੀ ਦਾ ਅਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਸਾਨੂੰ ਇਸ ਆਯੋਜਨ ਨਾਲ ਜੁੜਨਾ ਉਸ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸੰਕਲਪਾਂ ਨੂੰ ਵਾਰ-ਵਾਰ ਜਗਾਉਂਦੇ ਰਹਿਣਾ ਇਹ ਆਪਾਂ ਸਭ ਦਾ ਫਰਜ਼ ਹੈ ਆਪਣੇ ਸੁਤੰਤਰਤਾ ਸੰਗਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਜੋ ਵੀ ਕਰੋਗੇ ਜੋ ਵੀ ਅੰਮ੍ਰਿਤ ਦੀ ਬੂੰਦ ਦੀ ਤਰ੍ਹਾਂ ਜ਼ਰੂਰ ਪਵਿੱਤਰ ਹੋਵੇਗਾ ਅਤੇ ਕਰੋੜਾਂ ਕਰੋੜ ਭਾਰਤੀਆਂ ਦੀਆਂ ਕੋਸ਼ਿਸ਼ਾਂ ਨਾਲ ਬਣਿਆ ਇਹ ਅੰਮ੍ਰਿਤ ਕੁੰਭ ਆਉਣ ਵਾਲੇ ਸਾਲਾਂ ਲਈ ਪ੍ਰੇਰਣਾ ਬਣ ਕੇ ਉਤਸ਼ਾਹ ਜਗਾਏਗਾ ਮੇਰੇ ਪਿਆਰੇ ਦੇਸ਼ ਵਾਸੀਓ ਮੈਂ ਭਵਿੱਖ ਤਾਂ ਨਹੀਂ ਦੇਖ ਸਕਦਾ ਮੈਂ ਕਰਮ ਦੇ ਫਲ ਉੱਤੇ ਭਰੋਸਾ ਕਰਦਾ ਹਾਂ ਮੇਰਾ ਭਰੋਸਾ ਹੈ ਮੇਰੇ ਦੇਸ਼ ਦੇ ਨੌਜਵਾਨਾਂ ਉੱਤੇ ਮੇਰਾ ਭਰੋਸਾ ਹੈ ਦੇਸ਼ ਦੀਆਂ ਭੈਣਾਂ ਉੱਤੇ ਦੇਸ਼ ਦੀਆਂ ਬੇਟੀਆਂ ਉੱਤੇ ਦੇਸ਼ ਦੇ ਕਿਸਾਨਾਂ ਉੱਤੇ ਦੇਸ਼ ਦੇ ਪ੍ਰੋਫੈਸ਼ਨਲਸ ਉੱਤੇ ਇਹ ਕੈਨ ਡੂ ਜਨਰੇਸ਼ਨ ਹੈ ਕੈਨ ਡੂ ਜਨਰੇਸ਼ਨ ਹੈ ਇਹ ਹਰ ਟੀਚਾ ਹਾਸਲ ਕਰ ਸਕਦੀ ਹੈ ਮੈਨੂੰ ਭਰੋਸਾ ਹੈ ਕਿ ਜਦੋਂ 2047 ਆਜ਼ਾਦੀ ਦਾ ਸੁਨਹਿਰੀ ਉਤਸਵ ਆਜ਼ਾਦੀ ਦੇ 100 ਸਾਲ ਹੋਣਗੇ ਜੋ ਵੀ ਪ੍ਰਧਾਨ ਮੰਤਰੀ ਹੋਵੇਗਾ ਅੱਜ ਤੋਂ 25 ਸਾਲ ਦੇ ਬਾਅਦ ਜੋ ਵੀ ਪ੍ਰਧਾਨ ਮੰਤਰੀ ਹੋਣਗੇ ਉਹ ਜਦੋਂ ਝੰਡਾ ਫਹਿਰਾਉਣਗੇ ਤਾਂ ਮੈਂ ਅੱਜ ਭਰੋਸੇ ਨਾਲ ਕਹਿੰਦਾ ਹਾਂ ਉਹ ਆਪਣੇ ਭਾਸ਼ਣ ਵਿੱਚ ਜਿੰਨਾ ਸਿੱਧੀਆਂ ਦਾ ਵਰਣਨ ਕਰਨਗੇ ਉਹ ਸਿੱਧੀਆਂ ਉਹੀ ਹੋਣਗੀਆਂ ਜੋ ਅੱਜ ਦੇਸ਼ ਸੰਕਲਪ ਕਰ ਰਿਹਾ ਹੈ ਇਹ ਮੇਰਾ ਫਤਿਹ ਦਾ ਵਿਸ਼ਵਾਸ ਹੈ ਅੱਜ ਮੈਂ ਜੋ ਸੰਕਲਪ ਰੂਪ ਵਿੱਚ ਬੋਲ ਰਿਹਾ ਹਾਂ ਉਹ 25 ਸਾਲ ਦੇ ਬਾਅਦ ਜੋ ਵੀ ਝੰਡਾ ਫਹਿਰਾ ਰਹੇ ਹੋਣਗੇ ਉਹ ਸਿੱਧੀ ਦੇ ਰੂਪ ਵਿੱਚ ਬੋਲਣਗੇ ਦੇਸ਼ ਸਿੱਧੀ ਦੇ ਰੂਪ ਵਿੱਚ ਉਸਦਾ ਗੌਰਵ ਗਾਣ ਕਰਦਾ ਹੋਵੇਗਾ ਜੋ ਅੱਜ ਦੇਸ਼ ਦੇ ਜਵਾਨ ਹਨ ਉਹ ਉਸ ਸਮੇਂ ਵੀ ਵੇਖਣਗੇ ਕਿ ਦੇਸ਼ ਨੇ ਕਿਵੇਂ ਇਹ ਕਮਾਲ ਕਰਕੇ ਵਿਖਾਇਆ ਹੈ 21ਵੀਂ ਸਦੀ ਵਿੱਚ ਭਾਰਤ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਤੋਂ ਕੋਈ ਵੀ ਰੁਕਾਵਟ ਹੁਣ ਸਾਨੂੰ ਰੋਕ ਨਹੀਂ ਸਕਦੀ ਸਾਡੀ ਤਾਕਤ ਸਾਡੀ ਜ਼ਿੰਦਾਦਿਲੀ ਹੈ ਸਾਡੀ ਤਾਕਤ ਸਾਡੀ ਇੱਕ ਜੁਟਤਾ ਹੈ ਸਾਡੀ ਪ੍ਰਾਣ ਸ਼ਕਤੀ ਰਾਸ਼ਟਰ ਪਹਿਲਾਂ ਹਮੇਸ਼ਾ ਪਹਿਲਾਂ ਦੀ ਭਾਵਨਾ ਹੈ ਇਹ ਸਮਾਂ ਹੈ ਸਾਂਝਾ ਸੁਪਨਾ ਵੇਖਣ ਦਾ ਇਹ ਸਮਾਂ ਹੈ ਸਾਂਝਾ ਸੰਕਲਪ ਕਰਨ ਦਾ ਇਹ ਸਮਾਂ ਹੈ ਸਾਂਝਾ ਯਤਨ ਕਰਨ ਦਾ ਅਤੇ ਇਹ ਹੀ ਸਮਾਂ ਹੈ ਅਸੀਂ ਫਤਿਹ ਦੇ ਵੱਲ ਵੱਧ ਚਲੀਏ ਅਤੇ ਇਸ ਲਈ ਮੈਂ ਫੇਰ ਕਹਿੰਦਾ ਹਾਂ یہی ਸਮਾਂ ਹੈ یہی ਸਮਾਂ ਹੈ ਸਹੀ ਸਮਾਂ ਹੈ ਭਾਰਤ ਦਾ ਅਨਮੋਲ ਸਮਾਂ ਹੈ यही समय है सही समय है भारत का अनमोल समय है असंख्य भुजाओं की शक्ति है असंख्य भुजाओं की शक्ति है हर तरफ देश की भक्ति है असंख्य भुजाओं की शक्ति है हर तरफ देश की भक्ति है तुम उठो तिरंगा लहरा दो तुम उठो तिरंगा लहरा दो भारत के भाग्य को फहरा दो भारत के भाग्य को फहरा दो यही समय है सही समय है भारत का अनमोल समय है कुछ ऐसा नहीं कुछ ऐसा नहीं जो कर न सको कुछ ऐसा नहीं जो पा न सको तुम उड़ जाओ तुम उड़ जाओ तुम जुट जाओ सामर्थ्य को अपने पहचानो सामर्थ्य को अपने पहचानो कर्तव्य को अपने सब जानो कर्तव्य को अपने सब जानो यही समय है सही समय है भारत का अनमोल समय है जब देश आजादी के सौ साल पूरा करेगा तो देशवासियों के लक्ष्य यथार्थ में बदले मेरी यही कामना है इन्हीं शुभकामनाओं के साथ सभी देशवासियों को पचहत्तरवें स्वतंत्रता दिवस की मैं फिर एक बार बधाई देता हूं और मेरे साथ हाथ ऊपर करके बोलेंगे जय हिंद जय हिंद जय हिंद वंदे 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 भारत माता की भारत माता की भारत माता की बहुत बहुत धन्यवाद